ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਕੋਰ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਸੋ ਡਲਾ ਜੀ ਹੁਣ ਤਾਂ ਦੋਕ ਦਿਨਾਂ ਦਾ ਇੰਤਜ਼ਾਰ ਹੈ ਵੋਟਾਂ ਨੂੰ ਲੈ ਕੇ ਜੋ ਚੋਣ ਸਰਗਰਮੀਆਂ ਚੋਣ ਪ੍ਰਚਾਰ ਦੀਆਂ ਸਰਗਰਮੀਆਂ ਜ਼ੋਰਾਂ ਸ਼ੋਰਾਂ ਨੇ ਤੇ ਅੱਜ ਜੋ ਆਪਾਂ ਹਮੇਸ਼ਾ 13 ਦੀਆਂ 13 ਸੀਟਾਂ ਦੀ ਗੱਲ ਕਰਦੇ ਹਾਂ ਤਾਂ ਅੱਜ ਤਾਂ ਹੁਣ ਹੋਰ ਜ਼ਿਆਦਾ ਤਸਵੀਰ ਸਾਫ਼ ਹੁੰਦੀ ਵੀ ਨਜ਼ਰ ਆ ਰਹੀ ਹੈ ਵੋਟਰ ਦੇ ਮਾਈਂਡ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰੀਏ ਪਹਿਲਾਂ ਤਾਂ ਆਪਾਂ ਦੇਖੀਏ ਕਿ ਜਿਹੜੀਆਂ ਖਾਸ ਖਾਸ ਸੀਟਾਂ ਨੇ ਹੌਟ ਸੀਟਾਂ ਦੀ ਵੀ ਗੱਲ ਕਰ ਲਈਏ ਕਿੱਥੇ ਜੋ ਹੈ ਦੋ ਧਿਰਾਂ ਦਾ ਸਾਫ਼-ਸਾਫ਼ ਮੁਕਾਬਲਾ ਨਜ਼ਰ ਆ ਰਿਹਾ ਹੈ ਜਾਂ ਫਿਰ ਕਿਹੜੀਆਂ ਉਹ ਸੀਟਾਂ ਨੇ ਜਿੱਥੇ ਚਾਰ ਕੋਣੀ ਪੰਜ ਕੋਣੀ ਮੁਕਾਬਲਾ ਹਲੇ ਵੀ ਬਰਕਰਾਰ ਨਜ਼ਰ ਆ ਰਿਹਾ ਹੈ ਕਿੱਥੇ ਲੱਗ ਰਿਹਾ ਸਭ ਤੋਂ ਟਫ ਮੁਕਾਬਲਾ ਦੇਖਣ ਨੂੰ ਮਿਲੇਗਾ ਤੁਸੀਂ ਬਹੁਤ ਹੀ ਮਹੱਤਵਪੂਰਨ ਸਵਾਲ ਕੀਤਾ ਹੈ ਅੱਜ ਹੋ ਗਈ ਹੈ ਹਰਜੋਜੀ 29 ਤਰੀਕ ਅੱਜ 29 ਮਈ ਹੈ ਕੱਲ 30 ਮਈ ਕੱਲ ਸ਼ਾਮ ਨੂੰ ਚੋਣ ਪ੍ਰਚਾਰ ਬੰਦ ਹੋ ਜਾਣਾ ਹੈ ਫਿਰ 1 ਜੂਨ ਨੂੰ ਵੋਟਾਂ ਨੇ ਇਹਦਾ ਮਤਲਬ ਹੈ ਕਿ ਅੱਜ ਦਾ ਤੇ ਕੱਲ ਦਾ ਦਿਨ ਬਹੁਤ ਅਹਿਮियत ਵਾਲਾ ਹੈ ਅੱਜ ਰਾਹੁਲ ਗਾਂਧੀ ਰਾਜਾ ਫੜਿੰਗ ਦੇ ਲਈ ਲੁਧਿਆਣਾ ਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਨਗੇ ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਸ਼ਾਲਪੁਰ ਦੇ ਵਿੱਚ ਸੋਮ ਪ੍ਰਕਾਸ਼ ਜੀ ਦੀ ਪਤਨੀ ਬੀਬੀ ਅਨੀਤਾ ਸੋਮ ਪ੍ਰਕਾਸ਼ ਦੇ ਲਈ ਚੋਣ ਰੈਲੀ ਨੂੰ ਸੰਬੋਧਨ ਕਰਨਗੇ ਉਹਦੇ ਵਿੱਚ ਮੈਂ ਆਉਣਾ ਪਰ ਮੈਂ ਜਿਹੜਾ ਤੁਹਾਡਾ ਸਵਾਲ ਸੀ ਦੇਖੋ ਜਿਹੜਾ ਮੇਰਾ ਦ੍ਰਿਸ਼ਟੀਕੋਣ ਹੈ ਮੇਰਾ ਨਜ਼ਰੀਆ ਮੇਰਾ ਪੋਲੀਟੀਕਲ ਅਨੁਮਾਨ ਹੈ ਅੱਜ ਪੰਜਾਬ ਚ 5 ਸੀਟਾਂ ਨੇ ਜਿੱਥੇ ਸਿੱਧਾ ਸਿੱਧਾ ਮੁਕਾਬਲਾ ਆਮ ਆਦਮੀ ਪਾਰਟੀ ਤੇ ਕਾਂਗਰਸ ਚ ਮੈਨੂੰ ਨਜ਼ਰ ਆ ਰਿਹਾ ਹੈ 5 ਸੀਟਾਂ ਤੇ ਜਿੱਥੇ ਦੋ ਗੋਣੀ ਮੁਕਾਬਲਾ ਨਜ਼ਰ ਆ ਰਿਹਾ ਮੇਰਾ ਦ੍ਰਿਸ਼ਟੀਕੋਣ ਹੈ ਆਪਣਾ ਮੇਰਾ ਅਨੁਮਾਨ ਹੈ ਇੱਕ ਤਾਂ ਹੈ ਜੀ ਲੁਧਿਆਣਾ ਚ ਰਾਜਾ ਵੜਿੰਗ ਦੇ ਨਾਲ ਮੁਕਾਬਲਾ ਇੱਥੇ ਮੈਨੂੰ ਲੱਗਦਾ ਹੈ ਆਮ ਆਦਮੀ ਪਾਰਟੀ ਦਾ ਫਿਰ ਆ ਜੀ ਅਸੀਂ ਜਲੰਧਰ ਚ ਚਰਨਜੀਤ ਚੰਨੀ ਦੇ ਨਾਲ ਮੈਨੂੰ ਮੁਕਾਬਲਾ ਲੱਗਦਾ ਹੈ ਇੱਥੇ ਪਵਨ ਤੀਨੂ ਦਾ ਫੈਕਟਰ ਨਹੀਂ ਕਿਉਂਕਿ ਉੱਧ ਜਾਣੇ ਚ ਰਵਨੀਤ ਬਿੱਟੂ ਉਹ ਕਾਂਗਰਸੀ ਸੀ ਕਾਂਗਰਸ ਛੱਡ ਕੇ ਬੀਜੇਪੀ ਚ ਗਈ ਔਰ ਜਿੱਥੋਂ ਤੱਕ ਮੈਂ ਲੋਕਾਂ ਦਾ ਓਪੀਨੀਅਨ ਲੈ ਰਿਆ ਲੋਕ ਬਹੁਤੇ ਦਲ ਬਦਲੂਆਂ ਤੋਂ ਖੁਸ਼ ਨਹੀਂ ਨੇ ਉਹ ਦਲ ਬਦਲੂ ਜਿਨ੍ਹਾਂ ਦੇ ਪਾਰਟੀ ਬਦਲਣ ਦਾ ਕੋਈ ਠੋਸ ਕਾਰਨ ਨਹੀਂ ਸੀ ਜਿਨ੍ਹਾਂ ਲੀਡਰਾਂ ਬਾਰੇ ਪਾਰਟੀ 'ਚ ਮੰਨਿਆ ਜਾਂਦਾ ਸੀ ਕਿ ਇਹਨਾਂ ਨੂੰ ਟਿਕਟ ਮਿਲ ਜੂ ਹੁਣ ਰਵਨੀਤ ਬਿੱਟੂ ਦੀ ਟਿਕਟ ਕਿਸੇ ਨੇ ਕਾਂਗਰਸ 'ਚ ਕੱਟੀ ਨਹੀਂ ਸੀ ਨਾ ਕੱਟੀ ਜਾਣੀ ਕਿਉਂਕਿ ਉਹ ਬਿਆਨ ਸਿੰਘ ਦਾ ਪੋਤਾ ਸੀ ਇਸੇ ਤਰ੍ਹਾਂ ਸੁਸ਼ੀਲ ਕੁਮਾਰ ਰਿੰਕੂ ਉਹ ਤਾਂ ਆਮ ਆਦਮੀ ਪਾਰਟੀ ਦਾ ਉਮੀਦਵਾਰ ਸੀ ਜਲੰਧਰ ਉਹਨੂੰ ਤਾਂ ਟਿਕਟ ਦੇਤੀ ਸੀ ਆਮ ਆਦਮੀ ਪਾਰਟੀ ਨੇ ਉਹ ਬੀਜੇਪੀ ਚ ਚਲਾ ਗਿਆ ਸੋ ਇਹ ਦੋਨਾਂ ਸ਼ਹਿਰਾਂ ਦੇ ਵਿੱਚ ਜਦੋਂ ਮੈਂ ਲੋਕਾਂ ਨਾਲ ਗੱਲ ਕੀਤੀ ਤੇ ਲੋਕ ਦਲ ਬਦਲੂਆਂ ਦੇ ਪ੍ਰਤੀ ਬਹੁਤਾ ਹੰਗਾਰਾ ਨਹੀਂ ਪਰ ਰਹੇ ਮੇਰਾ ਅਨੁਮਾਨ ਹੈ ਕਿ ਲੁਧਿਆਣੇ ਚ ਰਾਜਾ ਵੜਿੰਗ ਦਾ ਮੁਕਾਬਲਾ ਆਮ ਆਦਮੀ ਪਾਰਟੀ ਨਾਲ ਔਰ ਜਲੰਧਰ ਚ ਚਰਨਜੀਤ ਚੰਨੀ ਦਾ ਮੁਕਾਬਲਾ ਪਵਨਟੀਨੂ ਦੇ ਨਾਲ ਹੁਣ ਪਵਨਟੀਨੂ ਦੀਆਂ ਸਿੱਟੀਆਂ ਹੋਰ ਨੇ ਪਵਨਟੀਨੂ ਕਾਫੀ ਸਮੇਂ ਤੋਂ ਅਕਾਲੀ ਦਲ ਚ ਰਹੇ ਨੇ ਔਰ ਇਸ ਵੇਲੇ ਉਹਨਾਂ ਨੂੰ ਲੱਗਦਾ ਸੀ ਕਿ ਅਕਾਲੀ ਦਲ ਦੇ ਵਿੱਚ ਉਹਨਾਂ ਦੀ ਉਸ ਤਰੀਕੇ ਨਾਲ ਪੋਲੀਟੀਕਲ ਜ਼ਿੰਮੇਵਾਰੀ ਨਹੀਂ ਲਈ ਗਈ ਜਿੱਦਾਂ ਦੀ ਲਈ ਜਾਣੀ ਚਾਹੀਦੀ ਸੀ ਸੋ ਸਾਰੇ ਲੀਡਰਾਂ ਦੇ ਪਾਰਟੀ ਬਦਲਣ ਦੇ ਹਾਲਾਤ ਵੱਖਰੇ ਵੱਖਰੇ ਨੇ ਇਸ ਤੋਂ ਬਾਅਦ ਜਿਵੇਂ ਆਵਾ ਜੀ ਫਤਗੜ ਸਾਹਿਬ ਡਾਕਟਰ ਅਮਰ ਸਿੰਘ ਉਹ ਕਾਂਗਰਸ ਪਾਰਟੀ ਦੇ ਸਿਟਿੰਗ ਮੈਂਬਰ ਪਾਰਲੀਮੈਂਟ ਵੀ ਨੇ ਔਰ ਅਮਰ ਸਿੰਘ ਔਰ ਆਮ ਆਦਮੀ ਪਾਰਟੀ ਕਿਉਂਕਿ ਆਮ ਆਦਮੀ ਪਾਰਟੀ ਪੰਜਾਬ ਚ ਸੱਤਾ ਤਿਰਦੀ ਪਾਰਟੀ ਇੱਥੇ ਮੈਨੂੰ ਲੱਗਦਾ ਹੈ ਇਹਨਾਂ ਦੋਨਾਂ ਦੇ ਵਿੱਚ ਮੇਰਾ ਅਨੁਮਾਨ ਹੈ ਕਿ ਮੁਕਾਬਲਾ ਸਤਗੜ੍ਹ ਸਾਹਿਬ 'ਚ ਆਮ ਆਦਮੀ ਪਾਰਟੀ ਔਰ ਕਾਂਗਰਸ 'ਚ ਔਰ ਪਟਿਆਲੇ ਦੇ ਵਿੱਚ ਵੀ ਮੈਨੂੰ ਇਹੀ ਸਥਿਤੀ ਲੱਗਦੀ ਹੈ ਕਾਂਗਰਸ ਔਰ ਆਮ ਆਦਮੀ ਪਾਰਟੀ ਡਾਕਟਰ ਧਰਮਵੀਰ ਗਾਂਧੀ ਕਿਸੇ ਵੇਲੇ ਆਪ ਤੋਂ ਜਿੱਤੇ ਸੀ 2014 'ਚ ਫਿਰ ਪੀਡੀਏ ਦੇ ਸਾਂਝੇ ਉਮੀਦਵਾਰ ਸੀ ਹਾਰੇ ਹੁਣ ਉਹ ਪਹੁੰਚ ਕੇ ਕਾਂਗਰਸ 'ਚ ਤੇ ਆਮ ਆਦਮੀ ਪਾਰਟੀ 'ਚ ਡਾਕਟਰ ਬਲਵੀਰ ਬੀਬੀ ਪ੍ਰਨੀਤ कौर ਉਹਨਾਂ ਨੇ ਵੀ ਪਾਰਟੀ ਬਦਲੀ ਉਨ੍ਹਾਂ ਦੇ ਪਤੀ ਕੈਪਟਨ ਅਮਰਿੰਦਰ ਸਿੰਘ ਬਹੁਤ ਪਹਿਲਾਂ ਹੀ ਪਾਰਟੀ ਛੱਡ ਗਏ ਸੀ ਕਾਂਗਰਸ ਆਪਣੀ ਪਾਰਟੀ ਬਣਾਈ ਬੀਜੇਪੀ ਚ ਮਰਜ ਕਰ ਲਈ ਬੀਬੀ ਪ੍ਰਨੀਤ कौर सस्पेंड ਰਹੇ ਅਗਰ ਬੀਬੀ ਪ੍ਰਨੀਤ कौर ਸੰਸਦ ਮੈਂਬਰੀ ਤੋਂ ਅਸਤੀਫਾ ਦੇ ਦਿੰਦੇ ਜਦੋਂ ਕੈਪਟਨ ਅਮਰਿੰਦਰ ਕਾਂਗਰਸ ਚ ਗਏ ਬੀਜੇਪੀ ਚ ਗਏ ਸੀ ਅਗਰ ਬੀਬੀ ਪ੍ਰਨੀਤ ਕੋ ਰੋੜੋ ਹੀ ਛੱਡ ਦਿੰਦੇ ਕਾਂਗਰਸ ਪਾਰਟੀ ਤੇ ਮੈਨੂੰ ਲੱਗਦਾ ਜਿਆਦਾ ਚੰਗਾ ਪ੍ਰਭਾਵ ਜਾਣਾ ਸੀ ਚੋਣਾਂ ਤੋਂ ਪਹਿਲਾਂ ਇੰਨੀ ਦੇਰ ਤੱਕ ਉਹ ਕਾਂਗਰਸ ਹੀ ਰਹੇ ਭਾਵੇਂ ਕਾਂਗਰਸ ਨੇ ਉਹਨਾਂ ਨੂੰ ਮੁਤਲ ਕੀਤਾ ਸੀ ਚੋਣਾ ਤੋਂ ਕੁਝ ਦਿਨ ਪਹਿਲਾਂ ਉਹਨਾਂ ਨੇ ਬੀਜੇਪੀ 'ਚ ਸ਼ਾਮਲ ਹੋਏ ਤੇ ਟਿਕਟ ਲਈ ਜਿਹਦੇ ਨਾਲ ਪਟਿਆਲਾ 'ਚ ਇਹ ਗੱਲ ਜਿਹੜੀ ਹੈ ਕਿਤਨਾ ਕਿਤੇ ਅਸਰ ਪਾ ਰਹੀ ਹੈ ਔਰ ਸਾਰੀਆਂ ਸੀਟਾਂ ਤੇ ਜਿੱਥੇ ਬੀਜੇਪੀ ਇੱਕ ਤਾਂ ਕਈ ਜਗ੍ਹਾ ਤੇ ਦਲ ਬਦਲੂਆਂ ਤੋਂ ਬੀਜੇਪੀ ਚਿੰਤਤ ਹੈ ਇਹਦੇ ਨਾਲ ਨਾਲ ਕਿਸਾਨ ਅੰਦੋਲਨ ਕਿਉਂਕਿ ਜਦੋਂ ਕਿਸਾਨਾਂ ਦਾ ਦਿੱਲੀ 'ਚ ਰਾਹ ਰੋਕਿਆ ਗਿਆ ਜਦੋਂ 700 ਤੋਂ ਜ਼ਿਆਦਾ ਕਿਸਾਨ ਜ਼ਖਮੀ ਹੋਏ ਹੁਣ ਸ਼ੰਭੂ ਦੇ ਰਾਹ ਰੋਕੇ ਗਏ ਤੇ ਕਿਸਾਨ ਇੱਥੇ ਵੀ ਅਥਰੂ ਗੈਸ ਡਰੋਨ ਨਾਲ ਛੱਡੇ ਗਏ ਸੋ ਕਿਸਾਨਾਂ ਨਾਲ ਜਦੋਂ ਮੈਂ ਗੱਲ ਕਰਦਾ ਨਾ ਜੀ ਉਹ ਕਹਿੰਦੇ ਸਾਡੇ ਜ਼ਖਮ ਅੱਲੇ ਨੇ ਹੁਣ ਜਿਵੇਂ ਸੁਖਵੀਰ ਬਾਦਲ ਬਾਰ-ਬਾਰ ਪੰਜਾਬੀਆਂ ਨੂੰ ਯਾਦ ਕਰਾਉਂਦਾ 1 ਜੂਨ ਕਿਉਂਕਿ 84 ਦਾ ਜਿਹੜਾ ਜ਼ਖਮ ਨੇ ਉਹ ਭਰ ਨਹੀਂ ਸਕਦੇ ਇਸੇ ਤਰ੍ਹਾਂ ਕਿਸਾਨ ਅੰਦੋਲਨ ਨੂੰ ਲੈ ਕੇ 700 ਤੋਂ ਜ਼ਿਆਦਾ ਕਿਸਾਨਾਂ ਦਾ ਦੁਨੀਆ ਤੋਂ ਚਲੇ ਜਾਣਾ ਇਹ ਜ਼ਖਮ ਕਿਸਾਨੀ ਭੁੱਲ ਨਹੀਂ ਸਕਦੀ ਔਰ ਚੋਣਾ ਹਰੇ ਜ਼ਖਮਾਂ ਵੇਲੇ ਆਈਆਂ ਨੇ ਸੋ ਇਸ ਕਰਕੇ ਮੈਨੂੰ ਲੱਗਦਾ ਕਿ ਕਿਸਾਨ ਤਾਂ ਖੁੱਲ ਕੇ ਵਿਰੋਧ ਕਰ ਰਹੇ ਨੇ ਇਹ ਡੈਮੋਕ੍ਰੇਸੀ ਹੈ ਲੋਕਤੰਤਰ ਹੈ ਇਹ ਲੋਕਤੰਤਰ ਦੀ ਖੂਬੀ ਹੈ ਕਿ ਜੇ ਵੋਟਾਂ ਮੰਗਣ ਵਾਲੇ ਖੁੱਲ ਕੇ ਵੋਟਾਂ ਮੰਗਦੇ ਨੇ ਤੇ ਵਿਰੋਧ ਕਰਨ ਵਾਲੇ ਖੁੱਲ ਕੇ ਵਿਰੋਧ ਕਰਦੇ ਨੇ ਇਲੈਕਸ਼ਨ ਕਮਿਸ਼ਨ ਨੇ ਵੀ ਕਿਸਾਨਾਂ ਦੇ ਅੰਦੋਲਨ ਤੇ ਕਿਸੇ ਤਰ੍ਹਾਂ ਦੀ ਪਾਬੰਦੀ ਨਹੀਂ ਲਾਈ ਨਾ ਕਿਸੇ ਅਦਾਲਤ ਨੇ ਕਿਸਾਨਾਂ ਦੇ ਸਵਾਲ ਪੁੱਛਣ ਤੇ ਰੋਕ ਲਾਈ ਹੈ ਕਿ ਇਹ ਗੈਰ ਕਾਨੂੰਨੀ ਹੈ ਸੋ ਇਸ ਕਰਕੇ ਬੜੀ ਦਿਲਚਸਪ ਸਥਿਤੀ ਪੰਜਾਬ ਚ ਇਹਨਾਂ ਚੋਣਾਂ ਦੇ ਵਿੱਚ ਅਸੀਂ ਵੇਖੀ ਔਰ ਚੌਥੀ ਸੀਟ ਜਿਹੜੀ ਮੈਂ ਗੱਲ ਕਰਾਂ ਫਰੀਦਕੋਟ ਹੈ ਫਰੀਦਕੋਟ ਦੇ ਵਿੱਚ ਵੀ ਮੈਨੂੰ ਲੱਗਦਾ ਹੈ ਕਿ ਕਾਂਗਰਸ ਔਰ ਆਮ ਆਦਮੀ ਪਾਰਟੀ ਚ ਵੱਡਾ ਮੁਕਾਬਲਾ ਦਿਖਦਾ ਹੈ ਇਹ ਸਾਰੇ ਅਨੁਮਾਨਾਂ ਦੇ ਪਿੱਛੇ ਇੱਕ ਵੱਡਾ ਕਾਰਨ ਹੈ ਲੁਧਿਆਣੇ ਚ ਰਵਨੀਤ ਬਿੱਟੂ ਕਾਂਗਰਸ ਦੇ ਸਿਟਿੰਗ ਐਮਪੀ ਸੀ ਉਹ ਛੱਡ ਕੇ ਚੱਲ ਗਈ ਸੋ ਇਹ ਸੀਟ ਮੌਜੂਦਾ ਸਮੇਂ ਚ ਲੁਧਿਆਣੇ ਵਾਲੀ ਜਿਹੜੀ ਸਰਕਾਰ ਸਾਡੀ ਕਾਰਜਕਾਰੀ ਚੱਲ ਰਹੀ ਹੈ ਹਜੇ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਨੇ ਮੈਂਬਰ ਪਾਰਲੀਮੈਂਟਲ ਦੀਆਂ ਸਿਟਿੰਗ ਸੀਟਾਂ ਲੁਧਿਆਣਾ ਹਜੇ ਕਾਂਗਰਸ ਕੋਲ ਇਸ ਕਰਕੇ ਕਾਂਗਰਸ ਨਾਲ ਮੁਕਾਬਲਾ ਜਲੰਧਰ ਆਪ ਕੋਲੇ ਆ ਉਹਨਾਂ ਨਾਲ ਮੁਕਾਬਲਾ ਹੈ ਔਰ ਇਹ ਪੰਜ ਸੀਟਾਂ ਨੇ ਜਿੱਥੇ ਆਪ ਔਰ ਕਾਂਗਰਸ ਚ ਸਿੱਧਾ ਮੁਕਾਬਲਾ ਹੈ ਔਰ ਫਤਗੜ ਸਾਹਿਬ ਕਾਂਗਰਸ ਕੋਲੇ ਆ ਪਟਿਆਲਾ ਮੌਜੂਦਾ ਸਮੇਂ ਚ ਕਾਂਗਰਸ ਕੋਲੇ ਸੀ ਬੀਬੀ ਪ੍ਰਨੀਤ कौर ਕਾਂਗਰਸ ਦੇ ਸੀ ਫਰੀਦਕੋਟ ਚ ਵੀ ਮੁਹੰਮਦ ਸਦੀਕ ਕਾਂਗਰਸ ਦੇ ਸੀ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਹੁਣ ਇਹ ਪੰਜ ਸੀਟਾਂ ਤੇ ਮੈਨੂੰ ਸਿੱਧਾ ਮੁਕਾਬਲਾ ਲੱਗਦਾ ਕਾਂਗਰਸ ਤੇ ਆਪ ਦਾ ਹੁਣ ਜਿਵੇਂ ਬਾਕੀ ਸੀਟਾਂ ਤੇ ਆਵਾਂ ਅਮਰਸਰ ਹੈ ਅਮਰਸਰ ਸੀਟ ਤੇ ਮੈਨੂੰ ਘੱਟੋ-ਘੱਟ ਮੇਰਾ ਅੰਦਾਜ਼ਾ ਹੈ 3 ਕੋਣੀ ਮੁਕਾਬਲਾ ਹੈ ਉੱਥੇ ਗੁਰਜੀਤ ਔਜਲਾ ਉੱਥੇ ਆਮ ਆਦਮੀ ਪਾਰਟੀ ਉੱਥੇ ਤਰਨਜੀਤ ਸੰਧੂ ਔਰ ਅਨਿਲ ਜੋਸ਼ੀ ਹੁਣ ਕਿਉਂਕਿ ਮੈਂ ਬੀਜੇਪੀ ਨੂੰ ਇਹ ਮੰਨਦਾ ਕਿ ਬੀਜੇਪੀ ਸ਼ਹਿਰਾਂ 'ਚ ਚੰਗਾ ਮੁਕਾਬਲਾ ਦੇ ਰਹੀ ਹੈ ਪਿੰਡਾਂ 'ਚ ਕਿਸਾਨ ਅੰਦੋਲਨ ਦਾ ਵਿਰੋਧ ਬੜਾ ਹੈ ਔਰ ਬੀਜੇਪੀ ਪੰਜਾਬ 'ਚ 3 ਸੀਟਾਂ ਛੱਡ ਕੇ ਬਹੁਤੀਆਂ ਸੀਟਾਂ ਤੇ ਪਹਿਲੀ ਵਾਰ ਲੜ ਰਹੀ ਹੈ ਇਸ ਕਰਕੇ ਮੈਂ ਸ਼ਹਿਰਾਂ 'ਚ ਬੀਜੇਪੀ ਨੂੰ ਤਿਰਕੋਣੇ ਮੁਕਾਬਲੇ 'ਚ ਮੰਨਦਾ ਤੇ ਪਿੰਡਾਂ 'ਚ ਟਕੋਣਾ ਮੁਕਾਬਲਾ ਬੀਜੇਪੀ ਤੋਂ ਬਿਨਾ ਮੰਨਦਾ ਮੈਂ ਅੱਜ ਦੀਆਂ ਸਥਿਤੀਆਂ ਦੇ ਵਿੱਚ ਹਾਲਾਂਕਿ ਵੋਟਾਂ ਹਰ ਜਗ੍ਹਾ ਪੈਂਦੀਆਂ ਅਕਾਲੀ ਦਲ ਨੂੰ ਸ਼ਹਿਰਾਂ 'ਚ ਵੀ ਵੋਟਾਂ ਪੈਣਗੀਆਂ ਤੇ ਬੀਜੇਪੀ ਨੂੰ ਪਿੰਡਾਂ 'ਚ ਵੀ ਪੈਣਗੀਆਂ ਪਰ ਉਹ ਮੁੱਖ ਰੂਪ 'ਚ ਸਾਨੂੰ ਮੁਕਾਬਲੇ 'ਚ ਨਹੀਂ ਦਿਖਦੇ ਕਿਉਂਕਿ ਵਿਰੋਧ ਕਿੰਨਾ ਕਿਸਾਨਾਂ ਦਾ ਅਸੀਂ ਸਮਝ ਸਕਦੇ ਹਾਂ ਇਹ ਸਥਿਤੀ ਵੀ ਕਈ ਸੀਟਾਂ ਤੇ ਹੈ ਇਸੇ ਤਰ੍ਹਾਂ ਫਰੀਦਕੋਟ ਦੇ ਵਿੱਚ ਹੰਸਰਾਜ ਹੰਸ ਹੈ ਉਹਨਾਂ ਨੂੰ ਦੇਖੋ ਕਿੱਡੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬਠਿੰਡੇ ਚ ਅਕਾਲੀ ਦਲ ਸਿਟਿੰਗ ਹੈ ਬੀਬੀ ਹਰਸਿਮਰਤ ਕੌਰ ਬਾਦਲ ਹਰਸਿਮਰਤ ਕੌਰ ਬਾਦਲ ਦਾ ਮੁਕਾਬਲਾ ਮੈਨੂੰ ਸਿੱਧੇ-ਸਿੱਧੇ ਆਮ ਆਦਮੀ ਪਾਰਟੀ ਨਾਲ ਉੱਥੇ ਦਿੱਖਦਾ ਹੈ ਪਰ ਫਿਰੋਜ਼ਪੁਰ ਚ ਸੁਖਬੀਰ ਸਿੰਘ ਬਾਦਲ ਸਿਟਿੰਗ ਮੈਂਬਰ ਪਾਰਲੀਮੈਂਟ ਸੀ ਸੋ ਮੈਨੂੰ ਉੱਥੇ ਵੀ ਜਿਹੜਾ ਮੁਕਾਬਲਾ ਹੈ ਹਰਜੋਜੀ ਫਿਰੋਜ਼ਪੁਰ ਚ ਉਹ ਤਕੌਣੀ ਦਿੱਖਦਾ ਹੈ ਅਕਾਲੀ ਦਲ ਆਮ ਆਦਮੀ ਪਾਰਟੀ ਔਰ ਸ਼ੇਰ ਸਿੰਘ ਕੁਬਾਇਆ ਉਥੇ ਵੀ ਸਥਿਤੀਆਂ ਮੈਨੂੰ ਤਕੋਣੀਆਂ ਨਜ਼ਰ ਆਉਂਦੀਆਂ ਨੇ ਔਰ ਹੁਸ਼ਿਆਰਪੁਰ ਦੇ ਵਿੱਚ ਭਾਜਪੀ ਆਮ ਆਦਮੀ ਪਾਰਟੀ ਔਰ ਕਾਂਗਰਸ ਉਥੇ ਵੀ ਮੈਨੂੰ ਤਕੋਣੀਆਂ ਸਥਿਤੀਆਂ ਦਿਖਦੀਆਂ ਨੇ ਤਿੰਨ ਸੀਟਾਂ ਨੇ ਗੁਰਦਾਸਪੁਰ ਅਮਰਸਰ ਔਰ ਹੁਸ਼ਿਆਰਪੁਰ ਜਿੱਥੇ ਤਕੋਣੀ ਟੱਕਰ ਮੈਂ ਮੰਨ ਸਕਦਾ ਉਥੇ ਬਹੁਤ ਸਖਤ ਮੁਕਾਬਲਾ ਹੈ ਔਰ ਖਡੂਰ ਸਾਹਿਬ 'ਚ ਵੀ ਕਾਂਗਰਸ ਆਮ ਆਦਮੀ ਪਾਰਟੀ ਅਕਾਲੀ ਦਲ ਔਰ ਅਮਰਿਤਪਾਲ ਸਿੰਘ ਸੋ ਉਥੇ ਚਾਰ ਕੋਣੀ ਟੱਕਰ ਮੇਰਾ ਅੰਦਾਜ਼ਾ ਅੱਜ ਵੀ ਇੱਥੇ ਖੜਾ ਮੇਰਾ ਅਨੁਮਾਨ ਜਦੋਂ ਦੋ ਦਿਨ ਰਹਿ ਗਏ ਹਜੇ ਵੀ ਲੋਕਾਂ ਨੇ ਕੋਈ ਇੱਕ ਪਾਸੜ ਫੈਸਲੇ ਪੰਜਾਬ 'ਚ ਨਹੀਂ ਕੀਤੇ ਔਰ ਕਿਸੇ ਵੀ ਪੂਰੇ ਪੰਜਾਬ 'ਚ ਜੇ ਮੈਂ ਗੱਲ ਕਰਾਂ ਪੂਰੇ ਪੰਜਾਬ 'ਚ ਕਿਸੇ ਪਾਰਟੀ ਦੀ ਇੱਕ ਪਾਸੜ ਲੈ ਨਹੀਂ ਹੈ ਕਿ ਪੂਰੇ ਪੰਜਾਬ 'ਚ ਇੱਕੋ ਪਾਰਟੀ ਦੇ ਹੱਕ 'ਚ ਸਾਰੀ ਲਹਿਰ ਹੈ ਕਈ ਸੀਟਾਂ ਤੇ ਕਿਤੇ ਇੰਟੀਨਕੰਮੈਂਸੀ ਹੈ ਪਰ ਹੁਣ ਸੰਗਰੂਰ 'ਚ ਉੱਥੇ ਵੀ ਤਿੰਨ ਕੋਣੀ ਮੁਕਾਬਲਾ ਮੈਨੂੰ ਨਜ਼ਰ ਆਉਂਦਾ ਸਿਮਰਨਜੀਤ ਸਿੰਘ ਮਾਨ ਦੇ ਨਾਲ ਉੱਥੇ ਮੁਕਾਬਲਾ ਹੈ ਭਾਵੇਂ ਸੁਖਪਾਲ ਖੈਰਾ ਦਾ ਔਰ ਮੀਤ ਮੁੱਖ ਰੂਪ ਚ ਸਿਮਰਨਜੀਤ ਸਿੰਘ ਮਾਨ ਔਰ ਆਮ ਆਦਮੀ ਪਾਰਟੀ ਉਸ ਤੋਂ ਬਾਅਦ ਸੁਖਪਾਲ ਸਿੰਘ ਖੈਰਾ ਨੂੰ ਮੈਂ ਦੇਖਦਾ ਕਿਉਂਕਿ ਸੁਖਪਾਲ ਸਿੰਘ ਖੈਰਾ ਉੱਥੇ ਬਾਰੀ ਉਮੀਦਵਾਰ ਨੇ ਇਸੇ ਤਰ੍ਹਾਂ ਸ਼੍ਰੀ ਨਨਪੁਰ ਸਾਹਿਬ ਉੱਥੇ ਆਮ ਆਦਮੀ ਪਾਰਟੀ ਦੇ ਨਾਲ ਹੀ ਮੁਕਾਬਲਾ ਮੈਨੂੰ ਲੱਗਦਾ ਭਾਵੇਂ ਉੱਥੇ ਟੀਜਪੀ ਦਾ ਮੰਨ ਲੀਏ ਸੀ ਭਾਵੇਂ ਅਕਾਲੀ ਦਲ ਦਾ ਪ੍ਰੇਮ ਸਿੰਘ ਚੰਦੂ ਮਾਜਰਾ ਭਾਵੇਂ ਕਾਂਗਰਸ ਸੋ ਉੱਥੇ ਵੀ ਕਾਂਗਰਸ ਤੋਂ ਉਮੀਦਵਾਰ ਦੂਰੋਂ ਗਿਆ। ਪ੍ਰੇਮ ਸਿੰਘ ਚੰਦੂ ਮਾਜਰਾ ਪਹਿਲਾਂ ਦੂਰੋਂ ਗਏ ਸੀ ਲੇਕਿਨ ਉਹ ਇੱਕ ਵਾਰ ਉੱਥੋਂ ਮੈਂਬਰ ਪਾਰਲੀਮੈਂਟ ਬਣ ਚੁੱਕੇ ਨੇ। ਸੋ ਇਹ ਸਥਿਤੀਆਂ ਪੰਜਾਬ ਦੀਆਂ ਲਗਭਗ ਸਾਰੀਆਂ ਸੀਟਾਂ ਦੀਆਂ ਜਿਹੜੀਆਂ ਮੈਂ ਬਿਆਨ ਕੀਤੀਆਂ ਨੇ ਪਰ ਅਸੀਂ ਇਹ ਨਾ ਭੁੱਲੀਏ ਕਿ ਸਰਬਜੀਤ ਸਿੰਘ ਫਰੀਦਕੋਟ ਦੇ ਵਿੱਚ ਉਹਨਾਂ ਨੂੰ ਵੀ ਉਭਾਰ ਮਿਲ ਰਿਹਾ ਹੈ। ਕਿਸ ਹੱਦ ਤੱਕ ਮਿਲੂਗਾ ਇਹ ਆਉਣ ਵਾਲਾ ਟਾਈਮ ਦੱਸੂਗਾ। ਲੱਖੇ ਸੁਧਾਣੇ ਦੀ ਵੀ ਗੱਲ ਬਠਿੰਡਾ ਚ ਹੁੰਦੀ ਹੈ। ਔਰ ਉਹ ਪਿੰਡੂ ਖੇਤਰਾਚ ਹੁੰਦੀ ਹੈ ਕਿਉਂਕਿ ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨਾਲ ਜੁੜੇ ਨੇ ਸੋ ਚਰਚਾਵਾਂ ਉਭਾਰ ਹਵਾਵਾਂ ਇਹ ਉੱਚੀਆਂ ਨੀਚੀਆਂ ਨਜ਼ਰ ਆਉਂਦੀਆਂ ਨੇ ਜਦੋਂ ਵੀ ਅਸੀਂ ਵੱਖ-ਵੱਖ ਹਲਕਿਆਂ 'ਚ ਜਾਂਦੇ ਹਾਂ ਕਿਉਂਕਿ 117 ਹਲਕੇ ਨੇ ਅਸੀਂ ਹਲਕਿਆਂ ਦੀ अहमियत ਵੀ ਨਹੀਂ ਛੱਡ ਸਕਦੇ ਹਰ ਜੋ ਜੀ ਕਈ ਹਲਕਿਆਂ ਦੇ ਵਿੱਚ ਪਾਰਟੀਆਂ ਦੇ ਆਪਣੇ ਲੀਡਰ ਐਡੇ ਤਕੜੇ ਨੇ ਕਿ ਉਹ ਆਪਣੀ ਪਾਰਲੀਮੈਂਟ ਦੀ ਸੀਟ ਤੇ ਮਦਦ ਕਰ ਦਿੰਦੇ ਨੇ ਆਪਣੀ ਪਾਰਟੀ ਨੂੰ ਸੋ ਕੁੱਲ ਮਿਲਾ ਕੇ ਮੈਂ ਇਸ ਨਤੀਜੇ ਤੇ ਪਹੁੰਚਿਆ ਕਿ ਪੰਜਾਬ ਚ ਬਹੁਤ ਗਹਿ ਗੱਜ ਤੇ ਫਸਮੀ ਲੜਾਈ ਹੈ ਸੋ ਇਸ ਤਰਕੇ ਕਿਹੜੀ ਪਾਰਟੀ ਕਿੰਨੀਆਂ ਸੀਟਾਂ ਜਿੱਤੂ ਇਹ ਕਹਿਣਾ ਮੈਨੂੰ ਅੱਜ ਵੀ ਔਖਾ ਲੱਗਦਾ ਪਰ ਪੰਜਾਬ ਚ ਦੋ ਪਾਰਟੀਆਂ ਵੱਡੀਆਂ ਆਮ ਆਦਮੀ ਪਾਰਟੀ ਸੱਤਾਧਾਰੀ 92 ਸੀਟਾਂ ਆਮ ਆਦਮੀ ਪਾਰਟੀ ਵੀ ਵੱਧ ਸੀਟਾਂ ਜਿੱਤ ਸਕਦੀ ਕਾਂਗਰਸ ਪਾਰਟੀ ਵੀ ਵੱਧ ਸੀਟਾਂ ਜਿੱਤ ਸਕਦੀ ਔਰ ਜੇ ਕਿਤੇ ਕੋਈ ਵੱਖਰੀ ਨੇਰੀ ਚਾਲੀ ਹੋਵੇ ਅੰਡਰ ਕਰੰਟ ਕੋਈ ਵੱਖਰਾ ਹੀ ਹੋਵੇ ਜਿਹੜਾ ਸਾਨੂੰ ਪਤਾ ਹੀ ਨਾ ਹੋਵੇ ਫਿਰ ਬੀਜੇਪੀ ਤੇ ਅਖਾਲੀ ਦਲ ਵੀ ਸੀਟਾਂ ਜਿੱਤ ਸਕਦੇ ਨੇ ਉੰਜ ਅਮਰਿਤਪਾਲ ਸਿੰਘ ਸਿਮਰਨਜੀਤ ਸਿੰਘ ਮਾਨ ਇਹ ਵੀ ਕੋਈ ਹੈਰਾਨੀ ਜਨਕ ਨਤੀਜੇ ਦੇ ਦੇਣ ਇਸ ਗੱਲ ਨੂੰ ਵੀ ਅਸੀਂ ਅੱਖਾਂ ਤੋਂ ਉਹਲੇ ਨਹੀਂ ਕਰ ਸਕਦੇ ਸੋ ਇਹ ਮੇਰਾ ਅਨੁਮਾਨ ਔਰ ਮੇਰਾ ਦ੍ਰਿਸ਼ਟੀਕੋਣ ਹੈ ਜਿੱਥੇ ਅੱਜ ਪੰਜਾਬ ਖੜਾ ਹੈ ਉੰਜ ਡੈਮੋਕ੍ਰੇਸੀ ਹੈ ਪੌਜਨ ਸਮਾਜ پارٹی ਵੀ ਪੰਜਾਬ ਚ ਜਲੰਧਰ ਚ ਵੱਡਾ ਉਲਟ ਫੇਰ ਕਰ ਸਕਦੀ ਹੈ ਉਥੇ ਸਮਾਜਿਕ ਅਲਾਈਅੰਸ ਦੇ ਕੈਂਡੀਡੇਟ ਖੜੇ ਨੇ ਹਰਚੰਦ ਖਾਲਸਾ ਜੀ ਦੀ ਪਤਨੀ ਉਥੋਂ ਕੈਂਡੀਡੇਟ ਨੇ ਉਹ ਵੀ ਵੱਡੇ ਵੋਟ ਸ਼ੇਅਰ ਦੇ ਨਾਲ ਕੋਈ ਜਲੰਧਰ ਦੇ ਵਿੱਚ ਕੋਈ ਵੱਡਾ ਫੈਸਲਾ ਕਰ ਸਕਦੇ ਨਹੀਂ ਕਿਉਂਕਿ ਅਸੀਂ ਜਦੋਂ 92 ਸੀਟਾਂ ਦਾ ਤਜਰਬਾ ਆਮ ਆਦਮੀ ਪਾਰਟੀ ਦਾ ਦੇਖਿਆ 2022 ਚ ਉਹਦੇ ਤੋਂ ਮੈਨੂੰ ਇਹ ਪ੍ਰਭਾਵ ਮਿਲਦਾ ਹੈ ਕਿ ਪੰਜਾਬ ਦੇ ਲੋਕ ਪੰਜਾਬ ਦੇ ਲੋਕ ਜਿਸ ਧਿਰ ਨਾਲ ਖੜਦੇ ਨੇ ਤੇ ਖੁੱਲਕੇ ਤੇ ਸ਼ਰਮਾਂ ਮ ਖੜਦੇ ਨੇ 2014 ਚ ਆਪ ਨੂੰ 4 ਸੀਟਾਂ ਮਿਲੀਆਂ ਤੇ ਖੁੱਲਕੇ ਮਿਲੀਆਂ 92 ਚ ਵੀ ਹਾਲਾਂਕਿ 14 ਤੋਂ ਬਾਅਦ 19 ਚ ਇਕੱਲਾ ਭਗਵੰਤ ਮਾਨ ਹੀ ਜਿੱਤੇ ਆਪਣੇ ਦਮ ਤੇ ਪਰ 17 ਚ ਫਿਰ ਵਿਰੋਧੀ ਧਿਰ ਦੇ ਆਗੂ ਆਮ ਆਦਮੀ ਪਾਰਟੀ ਨੂੰ ਬੜਾਇਆ ਤੇ ਉਸ ਤੋਂ ਬਾਅਦ ਹੁਣ 19 ਚ ਇੱਕ ਵੀ ਸੀਟ ਨਹੀਂ ਆਮ ਆਦਮੀ ਪਾਰਟੀ ਸਿਰਫ ਭਗਵੰਤ ਮਾਨ ਜਿੱਤੇ 19 ਚ ਹੋਰ ਕੋਈ ਨਹੀਂ ਜਿੱਤੇ ਤੇ ਉਸ ਤੋਂ ਬਾਅਦ ਸੰਗਰੂਰ ਚ ਜ਼ਿਮਨੀ ਚੋਣ ਹਾਰੇ ਤੇ ਫਿਰ ਜਲੰਧਰ ਚ ਜਿੱਤੇ ਸੋ ਪੰਜਾਬ ਚ ਜਿਹੜਾ ਲੋਕਾਂ ਦਾ ਰੁਝਾਨ ਹੈ ਵੋਟਾਂ ਦਾ ਪੰਜਾਬ ਦੇ ਲੋਕਾਂ ਦਾ ਇਨਾਂ ਦੀ ਵੋਟ ਪਾਣ ਦਾ ਜਿਹੜਾ ਸੁਭਾਅ ਹੈ ਉਹਦੇ ਬਹੁਤ ਸਾਰੇ ਕਾਰਨ ਨੇ ਜਿਸ ਤੋਂ ਬਾਅਦ ਕੋਈ VOTER ਪੰਜਾਬ ਦਾ ਵੋਟ ਪਾਉਣ ਲਈ ਮਨ ਬਣਾਉਂਦਾ ਇਸ ਕਰਕੇ ਕੋਈ ਬੁੱਖਰੀ ਹੈਰਾਨੀਜਨਕ ਨਤੀਜੇ ਇਸ ਵਾਰ ਆਜਣ ਬਾਈ ਦੀ ਤਰ੍ਹਾਂ ਜਿਵੇਂ 2022 ਚ ਆਏ ਸੀ ਤੇ ਉਹਦੇ ਤੋਂ ਵੀ ਅਸੀਂ ਇਨਕਾਰ ਨਹੀਂ ਕਰ ਸਕਦੇ ਭਗਵੰਤ ਮਾਨ 13 ਜ਼ੀਰੋ ਦੇ ਟੀਚੇ ਤੇ ਖੜੇ ਨੇ ਪਰ ਇਹਦੇ 'ਚ ਵੀ ਕੋਈ ਦੋਰਾਈ ਨਹੀਂ ਹੈ ਕਿ ਪੰਜਾਬ 'ਚ ਭਗਵੰਤ ਮਾਨ ਕਈ ਸਹੂਲਤਾਂ ਦੇਣ ਤੋਂ ਬਾਅਦ ਇਪੱਲੀ ਵਾਰੀ ਹੋਇਆ ਕੈਪਟਨ ਮਰਿੰਦਰ ਵੀ ਜਦੋਂ ਸੱਤਾ 'ਚ ਸੀ 8 ਸੀਟਾਂ ਲੈ ਗਿਆ ਸੀ ਕਿਉਂਕਿ ਕੈਪਟਨ ਮਰਿੰਦਰ ਨੇ ਵੀ ਥੋੜੇ ਬੋਤੇ ਲੋਕ ਲੋਨ ਮਾਫ ਕੀਤੇ ਸੀ ਕਰਜ਼ੇ ਮਾਫ ਕੀਤੇ ਸੀ ਪਰ ਭਗਵੰਤ ਮਾਨ ਨੇ ਤਾਂ ਮੁਫਤ ਬਿਜਲੀ ਵੀ ਦਿੱਤੀ ਹੈ ਔਰ ਜੇ ਅਸੀਂ ਦੇਖੀਏ 43 ਹਜ਼ਾਰ ਨੌਕਰੀਆਂ ਵੀ ਦਿੱਤੀਆਂ ਨੇ ਔਰ ਨਹਿਰੀ ਪਾਣੀ ਵੀ ਖੇਤਾਂ ਤੱਕ ਪਹੁੰਚਦਾ ਕੀਤਾ ਹੈ ਮੁਹੱਲਾ ਕਲੀਨਿਕ ਬਣੇ ਨੇ ਔਰ ਐਲਾਨ ਜਿਹੜਾ ਕੱਲ ਕੀਤਾ ਭਗਵੰਤ ਮਾਨ ਨੇ ਕਿ ਹੁਣ ਹਜ਼ਾਰ ਦੀ ਥਾਂ 1100 ਰੁਪਇਆ ਅਸੀਂ ਮਹਿਲਾਵਾਂ ਦੇ ਖਾਤੇ 'ਚ ਪਾਵਾਂਗੇ ਜਦੋਂ ਅਸੀਂ ਆਪਣੀ ਗਰੰਟੀ ਪੂਰੀ ਕਰਾਂਗੇ ਮਹਿਲਾਵਾਂ ਦੇ ਖਾਤਿਆਂ 'ਚ ਪੈਸੇ ਪਾਉਣ ਵਾਲੀ ਕਿਉਂਕਿ ਵਿਰੋਧੀ ਇਲਜ਼ਾਮ ਬਹੁਤ ਲਾ ਰਹੇ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹੁਣ ਭਗਵੰਤ ਮਾਨ ਦੀ 1100 ਰੁਪਏ ਖਾਤਿਆਂ 'ਚ ਪਾਉਣ ਦੀ ਗਰੰਟੀ ਕਦੋਂ ਅਮਲੀ ਜਾਮਾ ਭਗਵੰਤ ਮਾਨ ਪਹੁੰਚਾਉਂਦੇ ਨੇ ਔਰ ਜਿਹੜਾ ਉਹਨੇ ਕੱਲ ਐਲਾਨ ਕੀਤਾ ਉਹਦੇ ਤੇ ਕਿੱਡਾ ਵੱਡਾ ਗੰਭੀਰਤਾ ਦਾ ਰੁਖ ਵੋਟਰ ਦਿਖਾਉਂਦੇ ਨੇ ਉਹ ਵੀ ਨਿਰਪਰ ਕਰੇਗਾ ਉਹ ਜਿਹੜੇ ਜੋਜੀ ਇਹਨਾਂ ਸੋਨਾ ਕਾਂਗਰਸ ਕਹਿ ਰਹੀ ਹੈ ਅਸੀਂ ਲੱਖ ਰੁਪਿਆ ਖਾਤਿਆਂ ਚ ਪਾਵਾਂਗੇ ਮੋਦੀ ਸਾਹਿਬ ਦੀ ਸਰਕਾਰ ਦੇ ਵੀ ਵੱਡੇ ਵੱਡੇ ਵਾਅਦੇ ਨੇ ਕਿ 70 ਸਾਲ ਤੋਂ ਉੱਪਰ ਦੀ ਉਮਰ ਦੇ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਵੀ 5 ਲੱਖ ਦੇ ਬੀਮੇ ਦੇ ਕਾਰਡ ਦਿੱਤੇ ਜਾਣਗੇ ਮੋਦੀ ਸਾਹਿਬ ਦੀ ਸਰਕਾਰ ਨੇ ਗਰੀਬ ਲੋਕਾਂ ਦੇ ਲਈ ਜਿਹੜੀ ਸੋਲਰ ਬਿਜਲੀ ਹੈ ਉਹਦੀ ਯੋਜਨਾ ਵੀ ਐਲਾਨੀ ਹੈ ਸੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਚ ਜਿਹੜੀ ਸਰਕਾਰ ਹੈ ਉਹ ਕਿਸਾਨਾਂ ਦੇ ਖਾਤਿਆਂ ਚ ਹਰ ਸਾਲ ਜਿਹੜਾ 6000 ਪਾ ਰਹੇ ਨੇ ਉਹ ਉਹਨੂੰ ਵੀ ਉਪਲਬਧ ਮੰਨਦੇ ਨੇ ਸੋ ਕੈਸ਼ ਬੈਨੀਫਿਟ ਟਰਾਂਸਫਰ ਕਰਨ ਦੀ ਜਿਹੜੀ ਸਕੀਮ ਹੈ ਜਾਂ ਗਰੰਟੀ ਹੈ ਉਹਦੇ ਉੱਪਰ ਵੀ ਨਤੀਜੇ ਨਿਰਪਰ ਕਰਨਗੇ ਸੋ ਪੰਜਾਬ 'ਚ ਬਹੁਤ ਦਿਲਚਸਪ ਨਤੀਜੇ ਹਰਜੋਤ ਜੀ ਆਉਣਗੇ ਇਹ ਵੀ ਹੋ ਸਕਦਾ ਹੁਣ ਪੰਜਾਬੀਆਂ ਦਾ ਸੁਭਾਅ ਹੈ ਕਈ ਵਾਰੀ ਪੰਜਾਬੀ ਵੰਡ ਕੇ ਸੀਟਾਂ ਦੇ ਦਿੰਦੇ ਨੇ ਜਿਵੇਂ ਇੱਕ ਵਾਰੀ ਚਾਰ ਅਕਾਲੀ ਦਲ ਨੂੰ ਦਿੱਤੀਆਂ ਸੀ ਚਾਰ ਆਮ ਆਦਮੀ ਪਾਰਟੀ ਨੂੰ ਫਿਰ ਭਾਜਪਾ ਨੂੰ ਵੀ ਦਿੱਤੀਆਂ ਤੇ ਕਾਂਗਰਸ ਨੂੰ ਵੀ ਕੁਝ ਸੀਟਾਂ ਦਿੱਤੀਆਂ ਸੋ ਹੁਣ ਇਹ ਪੰਜਾਬੀਆਂ ਦੇ ਮੂਡ ਤੇ ਨਿਰਪਰ ਕਰਨਾ ਹੈ ਕਿਉਂਕਿ ਦਿਨ ਹੈਗਾ 1 ਜੂਨ ਦਾ ਸੁਖਵੀਰ ਬਾਰ-ਬਾਰ ਚੇਤੇ ਕਰਾਉਂਦਾ ਵੀ 1 ਜੂਨ ਹੈ ਇਹ ਵੀ ਹੋ ਸਕਦਾ ਹੈ ਕਿ ਪਿੰਡਾਂ ਚ ਔਰ ਸ਼ਹਿਰਾਂ ਚ ਜਿਵੇਂ ਅਸੀਂ ਭਾਜਪਾ ਬਾਰੇ ਸੋਚ ਰਹੇ ਹਾਂ ਕਿ ਭਾਜਪਾ ਸਿਰਫ ਸ਼ਹਿਰਾਂ ਚ ਚੰਗਾ ਕਰੂਗੀ ਪਿੰਡਾਂ ਚ ਨਹੀਂ ਕਰੂਗੀ ਹੋ ਸਕਦਾ ਹੈ ਭਾਜਪਾ ਵੀ ਪਿੰਡਾਂ ਚ ਚੰਗਾ ਕਰ ਜੇ ਤੇ ਅਕਾਲੀ ਦਲ ਵੀ ਸ਼ਹਿਰਾਂ ਚ ਚੰਗਾ ਕਰ ਜਾਣ ਸੋ ਇਸ ਕਰਕੇ ਵੋਟਰ ਵੰਡ ਕੇ ਵੀ ਪੰਜਾਬ ਚ ਸੀਟਾਂ ਪੋਲੀਟੀਕਲ ਪਾਰਟੀਆਂ ਨੂੰ ਦੇ ਸਕਦੇ ਨੇ ਪਰ ਮੁੱਖ ਮੁਕਾਬਲਾ ਜੋ ਮੈਨੂੰ ਪੰਜਾਬ ਚ ਨਜ਼ਰ ਆਉਂਦਾ ਹੈ ਵੱਡੇ ਤੌਰ ਤੇ 2-3 ਇੰਡੀਆ ਗੱਠਜੋੜ ਐਂਡੀਆ ਗੱਠਜੋੜ ਤਾਂ ਜਿਹੜਾ ਜਿਹੜਾ ਐਂਡੀਆ ਦਾ ਗੱਠਜੋੜਾ ਉਹ ਤਾਂ ਪੰਜਾਬ 'ਚ ਹੈ ਹੀ ਨਹੀਂ ਕਿਉਂਕਿ ਬੀਜੇਪੀ ਇਕੱਲੀ ਲੜ ਰਹੀ ਸੋ ਇੰਡੀਆ ਗੱਠਜੋੜ ਵੀ ਹੈ ਨਹੀਂ ਪੰਜਾਬ 'ਚ ਤਾਂ ਕਿਉਂਕਿ ਇੰਡੀਆ ਗੱਠਜੋੜ ਸ਼ੰਭੂ ਬਾਰਡਰ ਤੋਂ ਬਾਅਦ ਹੋਣਾ ਹੈ ਪੰਜਾਬ 'ਚ ਨਹੀਂ ਹੈ ਪਰ ਪੰਜਾਬ 'ਚ ਅੱਜ ਵੀ ਮੇਰਾ ਅਨੁਮਾਨ ਮੇਰਾ ਦ੍ਰਿਸ਼ਟੀਕੋਣ ਹੈ ਕਿ ਜਿਹੜਾ ਮੁੱਖ ਮੁਕਾਬਲਾ ਹੈ ਉਹ ਬੀਜੇਪੀ ਮਾਫ ਕਰਨਾ ਉਹ ਆਮ ਆਦਮੀ ਪਾਰਟੀ ਔਰ ਕਾਂਗਰਸ ਦੇ ਵਿਚਾਲੇ ਹੈ ਬੀਜੇਪੀ ਔਰ ਅਕਾਲੀ ਦਲ ਨੂੰ ਵੀ ਅਸੀਂ ਅੱਖਾਂ ਤੋਂ ਉਹਲੇ ਨਹੀਂ ਕਰ ਸਕਦੇ ਵੱਡਾ ਉਲਟਫੇਰ ਇਹ ਪਾਰਟੀਆਂ ਵੀ ਕਰ ਸਕਦੇ ਜੀ ਬਿਲਕੁਲ ਡੱਲਾ ਜੀ ਤੇ ਮੈਂ ਗੱਲ ਕਰਨਾ ਚਾਹੂੰਗੀ ਜ਼ਰੂਰ ਜਦੋਂ ਆਪਾਂ ਗੱਲ ਆਮ ਆਦਮੀ ਪਾਰਟੀ ਤੇ ਕਾਂਗਰਸ ਵਿਚਾਲੇ ਕਰ ਰਹੇ ਹਾਂ ਜਦ ਬੀਜੇਪੀ ਦੀ ਭੂਮਿਕਾ ਨੂੰ ਦੇਖੀ ਤਾਂ ਜਿਹੜੇ ਆਪਾਂ ਬਾਰ-ਬਾਰ ਗੱਲ ਕਰਦੇ ਹਾਂ ਦਲ ਬਦਲੂ ਲੀਡਰਸ ਜਿਹੜੇ ਬਾਹਰੋਂ ਦੂਜੀਆਂ ਪਾਰਟੀਆਂ ਤੋਂ ਉਮੀਦਵਾਰ ਆਏ ਨੇ ਤਾਂ ਬੀਜੇਪੀ ਇੱਕ ਸਪੋਰਟ ਵਿੱਚ ਜ਼ਰੂਰ ਨਜ਼ਰ ਆ ਰਹੀ ਹੈ ਉਹਨਾਂ ਲੀਡਰਸ ਦੇ ਬਜਾਏ ਕਿ ਆਪਾਂ ਕਾਂਗਰਸ ਪਾਰਟੀ ਵੱਲ ਜਿਵੇਂ ਅਗਰ ਦੇਖੀਏ ਤਾਂ ਉੱਥੇ ਜਿਹੜੇ ਦੂਜੀ ਪਾਰਟੀਆਂ ਤੋਂ ਕੋਈ ਲੀਡਰ ਆਏ ਨੇ ਉਹਨਾਂ ਨੂੰ ਪਹਿਲਾਂ ਜਿਹੜੇ ਮੌਜੂਦਾ ਲੀਡਰ ਨੇ ਕਾਂਗਰਸ ਪਾਰਟੀ ਦੇ ਹੀ ਉਹ ਇਹਨਾਂ ਸ ਦੇ ਉੱਪਰ ਤੁਹਾਡਾ ਦ੍ਰਿਸ਼ਟੀਕੋਣ ਕੀ ਹੈ ਕੀ ਕਹਿਣਾ ਚਾਹੋਗੇ ਤੇ ਇਹ ਜਿਹੜਾ ਇੰਨਾ ਜੰਮ ਕੇ ਜੋ ਹੈ ਸਪੋਰਟ ਨਾ ਕਰਨਾ ਜਿਹੜੇ ਨਵੇਂ ਹੁਣ ਅਗਰ ਆਪਾਂ ਪਟਿਆਲਾ ਦੀ ਗੱਲ ਕਰ ਲਈਏ ਡਾਕਟਰ ਧਰਮੀਰ ਗਾਂਧੀ ਨੇ ਕਿੰਨਾ ਕੁ ਲੱਗ ਰਿਹਾ ਹੈ ਕਿ ਜਿਹੜੇ ਉੱਥੋਂ ਦੇ ਲੀਡਰ ਸੀ ਕਿੰਨੀ ਕੁ ਉਹਨਾਂ ਦੀ ਸਪੋਰਟ ਕਰ ਰਹੇ ਨੇ ਔਰ ਖੁੱਲ ਕੇ ਸਪੋਰਟ ਨਾ ਕਰਨਾ ਕੀ ਇਹ ਵੱਡਾ ਖਾਮਿਆਜ਼ੇ ਦੇ ਤੌਰ ਤੇ ਨਜ਼ਰ ਆ ਸਕਦਾ ਨਤੀਜਿਆਂ ਦੇ ਰੂਪ ਵਿੱਚ ਦੇਖੋ ਬਿਲਕੁਲ ਹੋ ਸਕਦਾ ਜੀ ਇਹ ਪਾਰਟੀਆਂ ਦੇ ਆਪਣੇ ਆਪਣੇ ਸੰਗਠਨ ਤੇ ਨਿਰਪਰ ਕਰਦਾ ਹੈ ਕਾਂਗਰਸ ਤੋਂ ਤੁਹਾਡੀ ਗੱਲ ਬਿਲਕੁਲ ਠੀਕ ਹੈ ਰਾਜਾ ਵੜਿੰਗ ਲੁਧਿਆਣੇ ਭੇਜੇ ਗਏ ਨੇ ਕਈ ਵੱਡੇ ਲੀਡਰ ਖੁੱਲ ਕੇ ਰਾਜਾ ਵੜਿੰਗ ਦਾ ਸਮਰਥਨ ਨਹੀਂ ਕਰ ਰਹੇ ਹਾਲਾਂਕਿ ਰਾਜਾ ਵੜਿੰਗ ਦੇ ਨਾਲ ਬਹੁਤ ਸਾਰੇ ਵਲੰਟੀਅਰ ਵਰਕਰ ਉਤਰੇ ਨੇ ਕਿਉਂਕਿ ਰਾਜਾ ਵੜਿੰਗ ਪਾਰਟੀ ਦੇ ਪ੍ਰਧਾਨ ਨੇ ਪਰ ਕਈ ਵੱਡੇ ਲੀਡਰ ਨੇ ਜਿਹੜੇ ਰਾਜਾ ਵੜਿੰਗ ਦਾ ਸਮਰਥਨ ਨਹੀਂ ਕਰ ਰਹੇ ਪਰ ਇਹ ਵੀ ਗੱਲ ਹੈ ਅਗਰ ਰਾਜਾ ਵੜਿੰਗ ਨੇ ਕੋਈ ਬਾਜ਼ੀ ਪਲਟਤੀ ਤੇ ਉਹ ਲੀਡਰ ਜਿਹੜੇ ਖੁੱਲ ਕੇ ਸਮਰਥਨ ਨਹੀਂ ਕਰ ਰਹੇ ਉਹ ਰਾਜਾ ਵੜਿੰਗ ਨੂੰ ਸਭ ਤੋਂ ਪਹਿਲਾਂ ਹਾਰ ਪਾਉਂਦੇ ਵੀ ਸਾਨੂੰ ਨਜ਼ਰ ਆਉਂਦੇ ਉਹ ਰਾਜਾ ਵੜਿੰਗ ਦੇ ਮੰਚ ਤੇ ਚੜ ਕੇ ਭੰਗੜਾ ਪਾਉਂਦੇ ਵੀ ਸਾਨੂੰ ਨਜ਼ਰ ਆਣਗੇ ਇਹੀ ਸਿਆਸਤ ਹੈ ਸਿਆਸਤ ਨੂੰ ਸਮਝਣਾ ਹਰਜੋਤ ਜੀ ਬੜਾ ਔਖਾ ਹੈ ਜਿਵੇਂ ਮੋਦੀ ਸਾਹਿਬ ਨੇ ਥਾਲੀਆਂ ਵਜਵਾਈਆਂ ਸੀ ਇਹ ਰਾਤ ਨੂੰ ਥਾਲੀਆਂ ਵਜਾਓ ਸਾਰੇ ਕਿਉਂਕਿ ਕੋਵਿਡ ਸਮਝ ਨਹੀਂ ਸੀ ਆ ਰਿਹਾ ਉਸੇ ਤਰ੍ਹਾਂ ਦੀ ਸਥਿਤੀ ਜਿਹੜੀ ਹੈ ਉਹ ਲੀਡਰਾਂ ਬਾਰੇ ਹੈ ਜਿਵੇਂ ਕੋਵਿਡ ਨਹੀਂ ਅਸੀਂ ਸਮਝ ਸਕੇ ਹੁਣ ਜਦੋਂ ਟੀਕੇ ਟੁਕੇ ਲਵਾ ਲਏ ਸਾਰਿਆਂ ਨੇ ਤੇ ਹੁਣ ਕਹਿੰਦੇ ਵੀ ਜੇ ਟੀਕੇ ਲਵਾਏ ਨੇ ਤੇ ਇਹਨਾਂ ਦਾ ਵੀ ਕੋਈ ਡਰ ਪੈਦਾ ਹੋ ਗਿਆ ਵੀ ਆਹ ਹੋ ਜਾਂਦਾ ਆਹ ਹੋ ਜਾਂਦਾ ਇਸੇ ਤਰ੍ਹਾਂ ਜਿਹੜੇ ਲੀਡਰ ਨੇ ਲੀਡਰ ਇਸ ਤਰੀਕੇ ਦੀ ਇੱਕ ਖਾਸियत ਭਰੀ ਭਰਿਆ ਸ਼ਬਦ ਹੈ ਸਿਆਸਤ ਰਾਜਨੀਤੀ ਲੀਡਰ ਜਿਹਨੂੰ ਡਿਫਾਈਨ ਨਹੀਂ ਕੀਤਾ ਜਾ ਸਕਦਾ ਜਿਹਦਾ ਜਿਹਦੀ ਵਿਆਖਿਆ ਕਰਨੀ ਬਹੁਤ ਔਖੀ ਹੈ ਸੋ ਇਸ ਕਰਕੇ ਇਹ ਤਾਂ ਕੋਈ ਕੁਦਰਤ ਦੀ ਤਾਕਤ ਹੀ ਹੈ ਜਿਹੜੀ ਦੱਸ ਸਕੇ ਵੀ ਲੀਡਰ ਦੇ ਇਹਦੇ ਮਨ ਚ ਕੀ ਹੈ ਇਹ ਕਦੋਂ ਪਲਟੂ ਕਦੋਂ ਨਹੀਂ ਪਲਟੂ ਕਿੰਨੀ ਦੇਰ ਤੱਕ ਇਹ ਨਾਲ ਚੱਲੂ ਕਿੰਨੀ ਦੇਰ ਨਹੀਂ ਚੱਲੂ ਇਹ ਜਿਤਾਊ ਜਾਂ ਹਰਾਊ ਕਿ ਇਹ ਦਿਲੋਂ ਚੱਲ ਰਿਹਾ ਹੈ ਜਾਂ ਉਪਰੋਂ ਉਪਰੋਂ ਚੱਲ ਰਿਹਾ ਸੋ ਇਹ ਹਮੇਸ਼ਾ ਹੁੰਦਾ ਹੈ ਇਹ ਪਹਿਲੀ ਵਾਰ ਨਹੀਂ ਹੈ ਰਾਜਾ ਵੜਿੰਗ ਨੂੰ ਵੀ ਲੁਧਿਆਣੇ ਆ ਕੇ ਲੱਗ ਰਿਹਾ ਕਿ ਕਈ ਜਿਹੜੇ ਉਹਦੇ ਨਾਲ ਚੱਲਦੇ ਨੇ ਉਹ ਉੱਪਰੋਂ ਉੱਪਰੋਂ ਨਾਲ ਹੁੰਦੇ ਨੇ ਦਿਲੋਂ ਨਾਲ ਹੀ ਨਹੀਂ ਤੇ ਇਹ ਮਹਿਸੂਸ ਹੋ ਜਾਂਦਾ ਹੈ ਪੋਲਿਟੀਕਲ ਪਾਰਟੀਆਂ ਨੂੰ ਹੁਣ ਬੀਜੇਪੀ 'ਚ ਵੀ ਜਿਹੜੇ ਬੀਜੇਪੀ 'ਚ ਵੀ ਬਾਹਰੋਂ ਆਏ ਨੇ ਭਾਵੇਂ ਬੀਜੇਪੀ ਦਾ ਸੰਗਠਨ ਕਾਡਰ ਚੰਗਾ ਹੈ ਉਹ ਖੁੱਲ ਕੇ ਵਿਰੋਧ ਨਹੀਂ ਕਰਦੇ ਪਰ ਦਿਲਾਂ 'ਚ ਉਹਨਾਂ ਦੇ ਵੀ ਡਰ ਹੈ ਜਿਹੜੇ ਬਾਹਰੋਂ ਆਏ ਨੇ ਉਹਨਾਂ ਦੀ ਵੀ ਕੋਸ਼ਿਸ਼ ਹੈ ਵੀ ਜਿਹੜੇ ਬਾਹਰੋਂ ਆਏ ਨੇ ਆਪਾਂ ਜਿੱਤਣ ਨਾ ਦੇਈਏ ਕੱਲ ਨੂੰ ਇਹ ਸਾਡਾ ਹੱਕ ਖਾ ਜਾਣਗੇ ਕਾਂਗਰਸ ਚ ਵੀ ਹੈ ਜਿਹੜੇ ਬਾਹਰੋਂ ਆਏ ਨੇ ਸਥਾਨਿਕ ਕਹਿੰਦੇ ਵੀ ਇਹਨਾਂ ਨੂੰ ਜਿੱਤਨ ਨਹੀਂ ਦੇਣਾ ਡਾਕਟਰ ਧਰਮਵੀਰ ਗਾਂਧੀ ਨਾਲ ਵੀ ਅਜ ਹੈ ਉੱਪਰੋਂ ਉੱਪਰੋਂ ਸਾਰੇ ਨਾਲ ਨਹੀਂ ਪਰ ਅੰਦਰੋਂ ਸਾਰੇ ਨਾਲ ਨਹੀਂ ਦਿਲੋਂ ਹੁਣ ਇਹਦਾ ਕੋਈ ਮੀਟਰ ਹੈ ਨਹੀਂ ਜਿਵੇਂ ਆਪਾਂ ਬੁਖਾਰ ਚੈੱਕ ਕਰ ਲੈਨੇ ਆ ਨਾ ਜਾਂ ਤਾਂ ਕੋਈ ਥਰਮਾਮੀਟਰ ਹੋਵੇ ਵੀ ਗਾਂਧੀ ਸਾਹਿਬ ਘਰੇ ਰੱਖ ਲੈਣ ਵੀ ਜਦੋਂ ਹੀ ਕੋਈ ਲੀਡਰ ਆਵੇ ਪਹਿਲਾਂ ਥਰਮਾਮੀਟਰ ਲਾ ਕੇ ਚੈੱਕ ਕਰੋ ਵੀ ਭਾਈ ਇਹ ਸਾਡੇ ਨਾਲ ਆਇਆ ਜਾਂ ਨਹੀਂ ਕੋਈ ਡਾਕਟਰ ਨੇ ਗਾਂਧੀ ਸਾਹਿਬ ਪਰ ਕੋਈ ਫਾਰਮੂਲਾ ਗਾਂਧੀ ਸਾਹਿਬ ਜ਼ਰੂਰ ਕੱਢਣ ਇਹਦੇ ਤੇ ਤਾਂ ਕਿ ਭਵਿਕ ਵਿੱਚ ਬਾਕੀਆਂ ਨੂੰ ਸਿਹਤ ਮਿਲੇ ਅਸੀਂ ਪਛਾਣ ਸਕੀਏ ਪਰ ਡਾਕਟਰ ਗਾਂਧੀ ਸਾਹਿਬ ਬੜੇ ਸਤਕਾਰਯੋਗ ਲੀਡਰ ਨੇ ਪੰਜਾਬ ਦੀਆਂ ਹੱਕੀ ਮੰਗਾਂ ਉਹਨਾਂ ਨੇ ਹਮੇਸ਼ਾ ਚੱਕੀਆਂ ਨੇ ਪਰ ਉਮੀਦ ਕਰਦੇ ਹਾਂ ਕਿ ਜਿਹੜੇ ਉਪਰੋਂ ਉਪਰ ਵੀ ਚੱਲਦੇ ਨੇ ਘਟੂ ਘਟ ਗਾਂਧੀ ਸਾਹਿਬ ਦੇ ਨਾਲ ਦਿਲੋਂ ਚੱਲੋ ਜ਼ਰੂਰੀ ਆ ਪਰ ਹਰ ਜੋਜੀ ਹੁਣ ਸਮਾਂ ਬਹੁਤ ਘੱਟ ਰਹਿ ਗਿਆ ਹੁਣ ਤਾਂ ਦਿਨ ਕੱਲ ਦਾ ਰਹਿ ਗਿਆ ਕੱਲ ਦਾ ਦਿਨ ਰਹਿ ਗਿਆ ਸੋ ਜਿਨ੍ਹਾਂ ਨੇ ਜਦੋਂ ਬਰਸਾਤਾ ਆ ਜਾਂਦੀਆਂ ਨੇ ਉਦੋਂ ਫਿਰ ਬਿਜਲੀ ਚਾਹੇ ਨਾ ਹੀ ਆਵੇ ਕਿਉਂਕਿ ਝੋਨੇ ਨੂੰ ਤਾਂ ਪਾਣੀ ਮੀਂਹੇ ਲਾ ਹੀ ਦੇਣਾ ਤੋ ਇਸ ਕਰਕੇ ਉਹਨਾਂ ਦਾ ਦਿਨ ਅੱਜ ਕੱਲ ਦਾ ਰਹਿ ਗਿਆ ਬਾਕੀ ਦੇਖਦੇ ਹਾਂ ਕੀ ਬਣਦਾ ਹੈ ਜੀ ਬਿਲਕੁਲ ਸੋਡਲਾ ਜੀ ਅਗਲੀ ਖਬਰ ਦੀ ਜੇਕਰ ਗੱਲ ਕਰੀਏ ਕੱਲ ਪਠਾਨਕੋਟ ਦੇ ਵਿੱਚ ਰੋਡ ਸ਼ੋਅ ਦੇ ਦੌਰਾਨ ਅਰਵਿੰਦ ਕੇਜਰੀਵਾਲ ਨੇ ਜੋ ਹੈ ਵੱਡਾ ਖੁਲਾਸਾ ਕੀਤਾ ਉਹਨਾਂ ਨੇ ਕਿਹਾ ਕਿ ਜਿਵੇਂ ਭਾਜਪਾ ਦੇ ਜਿਹੜੇ ਲੀਡਰ ਨੇ ਬਾਰ-ਬਾਰ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰਾਂ ਨੂੰ ਝੂਠਾ ਤੇ ਠੱਗ ਕਰਾਰ ਦੇ ਰਹੇ ਨੇ ਆਪਣੀ ਗੱਲਾਂ ਦੇ ਵਿੱਚ ਜਿੱਥੇ ਵੀ ਚੋਣ ਪ੍ਰਚਾਰ ਕਰ ਰਹੇ ਨੇ ਬਾਰ-ਬਾਰ ਇਹ ਗੱਲਾਂ ਕੀਤੀਆਂ ਜਾ ਰਹੀਆਂ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਕਿਤੇ ਨਾ ਕਿਤੇ ਭਾਜਪਾ ਜੋ ਹੈ ਉਹ ਚਾਹੁੰਦੀ ਹੈ ਕਿ ਪੰਜਾਬ ਦੇ ਵਿੱਚ ਤੇ ਦਿੱਲੀ ਦੇ ਵਿੱਚ ਜਿਹੜੀ ਮੁਫਤ ਬਿਜਲੀ ਦਿੱਤੀ ਜਾ ਰਹੀ ਹੈ ਉਸ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਬੰਦ ਕਰ ਦਿੱਤਾ ਜਾਵੇ ਸੋ ਅਰਵਿੰਦ ਕੇਜਰੀਵਾਲ ਦੇ ਇਸ ਕਹਿਣੀ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਅਰਵਿੰਦ ਕੇਜਰੀਵਾਲ ਔਰ ਭਗਵੰਤ ਮਾਨ ਇਹਨਾਂ ਨੇ ਬੀਜੇਪੀ ਤੇ ਜੰਮ ਕੇ ਨਿਸ਼ਾਨੇ ਪਰਸੋਂ ਵੀ ਸਾਦੇ ਜਦੋਂ ਸਾਂਝੀ ਪ੍ਰੈਸ ਕਾਨਫਰੰਸ ਕੀਤੀ ਬਟਣ ਦੇ ਅਸਲ 'ਚ ਅਮਿਤ ਸ਼ਾਹ ਨੇ ਪੰਜਾਬ 'ਚ ਬਿਆਨ ਦਿੱਤੇ ਉਹਨਾਂ ਨੇ ਭਗਵੰਤ ਮਾਨ ਤੇ ਤਿੱਖੇ ਹਮਲੇ ਕੀਤੇ ਨਰਿੰਦਰ ਮੋਦੀ ਅਰਵਿੰਦ ਕੇਜਰੀਵਾਲ ਨੂੰ ਕਾਗਜ਼ੀ ਸੀਐਮ ਕਹਿ ਗਏ ਇਹ ਕਹਿ ਗਏ ਕਿ ਦਿੱਲੀ ਦਰਬਾਰ ਚ ਹਾਜ਼ਰੀ ਲਵਾਉਂਦੇ ਨੇ ਅਮਿਤ ਸ਼ਾਹ ਨੇ ਕਹਿਤਾ ਕਿ ਪਾਇਲਟ ਬਣੇ ਹੋਏ ਨੇ ਕੇਜਰੀਵਲ ਦੇ ਇਹਨਾਂ ਦੋਨਾਂ ਲੀਡਰਾਂ ਨੇ ਇਸ ਤਰੀਕੇ ਦੇ ਬਿਆਨ ਦਿੱਤੇ ਜਿਦੇ ਤੋਂ ਗੁੱਸੇ ਨੇ ਕੇਜਰੀਵਲ ਵੀ ਗੁੱਸੇ ਨੇ ਔਰ ਭਗਵੰਤ ਮਾਨ ਵੀ ਗੁੱਸੇ ਨੇ ਭਗਵੰਤ ਮਾਨ ਨੇ ਤਾਂ ਕੱਲ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਸਿਆਸੀ ਭੜਾਸ ਕੱਢੀ ਸੀ ਪਰਸੋਂ ਤੇ ਕੱਲ ਅਰਵਿੰਦ ਕੇਜਰੀਵਲ ਪਠਾਨਕੋਟ ਚ ਰੋਡ ਸ਼ੋਅ ਕਰ ਰਹੇ ਸੀ ਉਹ ਕਹਿੰਦੇ ਅਸਲ ਚ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਚਾਹੁੰਦੀ ਹੈ ਕਿ ਪੰਜਾਬ ਚ ਵੀ ਤੇ ਦਿੱਲੀ ਚ ਵੀ ਰਾਸ਼ਟ੍ਰਪਤੀ ਸ਼ਾਸਨ ਲਾਈਏ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਇੱਥੇ ਨਾਰਾਣ ਤੇ ਅਸੀਂ ਮੁਫਤ ਬਿਜਲੀ ਬੰਦ ਕਰ ਦਈਏ ਸੋ ਹਰਵਿੰਦ ਕੇਜਰੀਵਾਲ ਕੱਲ ਕਹਿੰਦੇ ਵੀ ਜੇ ਕਮਲ ਨੂੰ ਤੁਸੀਂ ਵੋਟ ਪਾਈ ਆਮ ਆਦਮੀ ਪਾਰਟੀ ਦੀ ਥਾਂ ਤੇ ਤੇ ਬੀਜੇਪੀ ਵਾਲੇ ਤੁਹਾਡੀ ਮੁਫਤ ਬਿਜਲੀ ਬੰਦ ਕਰ ਸਕਦੇ ਨੇ ਸੋ ਸਾਰੇ ਲੀਡਰ ਨੇ ਜਿਹੜੇ ਆਪਣੀ ਗੱਲ ਨੂੰ ਬਿਲਕੁਲ ਲਛੇਦਾਰ ਤਰੀਕੇ ਨਾਲ ਕਹਿੰਦੇ ਨੇ ਜਿਵੇਂ ਲੱਠਾ ਲੱਛਾ ਪਰੌਂਠਾ ਉਹ ਦੇਖਣ ਨੂੰ ਬੜਾ ਸੋਹਣਾ ਲੱਗਦਾ ਔਰ ਲੀਡਰਾਂ ਦੀਆਂ ਗੱਲਾਂ ਸੁਣਨ ਨੂੰ ਬੜੀਆਂ ਜੱਤਦੀਆਂ ਨੇ ਪਰ ਹਕੀਕਤ ਸ਼ਾਇਦ ਇਹਨਾਂ 'ਚ ਨਹੀਂ ਹੁੰਦੀ ਪਰ ਇੱਕ ਗੱਲ ਜ਼ਰੂਰ ਅਸੀਂ ਮਹਿਸੂਸ ਕਰਦੇ ਹਾਂ ਕਿ ਇਹ ਕੋਸ਼ਿਸ਼ ਤਾਂ ਹੈ ਬੀਜੇਪੀ ਦੀ ਕਿ ਦਿੱਲੀ 'ਚ ਬੀਜੇਪੀ ਦੀ ਸਰਕਾਰ ਬਣੇ ਪੰਜਾਬ 'ਚ ਬੀਜੇਪੀ ਦੀ ਸਰਕਾਰ ਬਣੇ ਪਰ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਹਮੇਸ਼ਾ ਕਹਿੰਦੇ ਨੇ ਕਿ ਸਾਨੂੰ ਖਤਰਾ ਹੈ ਬੀਜੇਪੀ ਵਾਲੇ ਦਿੱਲੀ ਚ ਵੀ ਔਰ ਪੰਜਾਬ ਚ ਵੀ ਸਾਡੀ ਸਰਕਾਰ ਤੋੜਨਾ ਚਾਹੁੰਦੇ ਨੇ ਉਂਝ ਇਹ ਤਾਂ ਨਹੀਂ ਪਤਾ ਕਿ ਬੀਜੇਪੀ ਸਰਕਾਰ ਤੋੜਦੀ ਹੈ ਜਾਂ ਨਹੀਂ ਪਰ ਪਿਛਲੇ ਸਮੇਂ ਚ ਕਈ ਸੂਬਿਆਂ ਚ ਸਰਕਾਰਾਂ ਟੁੱਟੀਆਂ ਨੇ ਔਰ ਟੁੱਟੀਆਂ ਵੀ ਉੱਥੇ ਨੇ ਜਿੱਥੇ ਬੀਜੇਪੀ ਦੀ ਸਰਕਾਰ ਨਹੀਂ ਸੋ ਮੁਲਕ ਚ ਇਹ ਮੈਨੂੰ ਲੱਗਦਾ ਸਰਕਾਰਾਂ ਤੋੜਨ ਵਾਲਾ ਵੀ ਜਿਹੜਾ ਕੋਈ ਵਾਇਰਸ ਹੈ ਨਾ ਜੀ ਇਹ ਵੀ ਕੋਵਿਡ ਵਰਗਾ ਹੀ ਆ ਜਿਹੜਾ ਦਿਖਦਾ ਨਹੀਂ ਸੋ ਪਰ ਉਹ ਸਰਕਾਰ ਤੋੜ ਦਿੰਦਾ ਜਾ ਕੇ ਤੇ ਸਵੇਰੀ ਪਤਾ ਲੱਗਦਾ ਵੀ ਸਰਕਾਰ ਟੁੱਟ ਗਈ ਔਰ ਬੰਬੇਜ ਦਾ ਇੱਕ ਵਾਰ ਇਹ ਹੋਇਆ ਸੀ ਹਰਜੋਦੀ ਅਸੀਂ ਸੁੱਤੇ ਉੱਠੇ ਤੇ ਉਹ 5:30 ਪੌਣੇ 6 ਵਜੇ ਉੱਥੇ ਸੌਹ ਚੁਕਾਈ ਮੁੱਖ ਮੰਤਰੀ ਤੇ ਡਿਪਟੀ ਮੁੱਖ ਮੰਤਰੀ ਨੂੰ ਉੱਥੋਂ ਦੇ ਗਵਰਨਰ ਨੇ ਜਦੋਂ ਅੱਧੀ ਤੋਂ ਵੱਧ ਮੁੰਬਈ ਸੁੱਤੀ ਪਈ ਸੀ ਮਹਾਰਾਸ਼ਟਰ ਵਾਲੇ ਲੋਕ ਸੁੱਤੇ ਪਏ ਸੀ ਉਹ ਸ਼ਹਿਰਾਂ ਦੇ ਵਿੱਚ ਤਾਂ ਉੱਥੇ ਲੋਕ ਸੌਂਦੇ ਵੀ ਲੇਟ ਐ ਪਰ ਬਾਅਦ ਦੇ ਵਿੱਚ ਉਹ ਵੀ ਸਰਕਾਰ ਨੇ ਉਹਨਾਂ ਤੋਂ ਬਣੀ ਸੋ ਸੌਹ ਚੁਕਾਈ ਸੌ ਹੀ ਰਹਿ ਗਈ ਸੋ ਇਸ ਕਰਕੇ ਬੜੀ ਦਿਲਚਸਪ ਸਿਆਸਤ ਹੈ ਅਰਵਿੰਦ ਕੇਦਰੀਵਾਲ ਨੇ ਕੱਲ ਝੰਮ ਕੇ ਬੀਜੇਪੀ ਤੇ ਨਿਸ਼ਾਨੇ ਲਾਏ ਕਿ ਅਗਰ ਬੀਜੇਪੀ ਪੰਜਾਬ ਚ ਜਾਂ ਦਿੱਲੀ ਚ ਸਾਡੀਆਂ ਸਰਕਾਰਾਂ ਤੋੜ ਕੇ ਸੱਤਾ ਚ ਆ ਗਏ ਜਾਂ ਰਾਸ਼ਪਤਿ ਸਾਸ਼ਨ ਲੱਗ ਗਿਆ ਤੇ ਮੁਫਤ ਬਿਜਲੀ ਬੰਦ ਕਰ ਦੇਣਗੇ ਉਹ ਜ਼ਹਿਰ ਜੋਜੀ ਜਿਹੜੀ ਮੁਫਤ ਬਿਜਲੀ ਹੈ ਇਹ ਪੰਜਾਬ ਸਰਕਾਰ ਦੀ ਯੋਜਨਾ ਹੈ ਔਰ ਮੈਂ ਨਹੀਂ ਚਾਹੁੰਦਾ ਕਿ ਕਦੀ ਵੀ ਪੰਜਾਬ ਚ ਰਾਸ਼ਪਤਿ ਸਾਸ਼ਨ ਲੱਗੇ ਹਮੇਸ਼ਾ ਲੋਕਾਂ ਦਾ ਰਾਜ ਰਵੇ ਜਿਹੜੀਆਂ ਸਰਕਾਰਾਂ ਨੇ ਉਹ ਲੋਕ ਰਾਜ ਦੀ ਸਥਾਪਨਾ ਹੈ ਪਰ ਜੇ ਕਦੀ ਪੰਜਾਬ ਚ ਰਾਸ਼ਪਤਿ ਸਾਸ਼ਨ ਲੱਗ ਗਿਆ ਉਸੇ ਦਿਨ ਤੋਂ ਮੁਫਤ ਬਿਜਲੀ ਦੀ ਯੋਜਨਾ ਬੰਦ ਹੋ ਜਾਣੀ ਹੈ ਕਿਉਂਕਿ ਰਾਸ਼ਟਰਪਤੀ ਸ਼ਾਸਨ ਦੇ ਵਿੱਚ ਮੁਫਤ ਬਿਜਲੀ ਦੀ ਯੋਜਨਾ ਨਾਮ ਦੀ ਕੋਈ ਯੋਜਨਾ ਨਹੀਂ ਹੈ ਇਹ ਸਰਕਾਰਾਂ ਦੀਆਂ ਯੋਜਨਾਵਾਂ ਨੇ ਜਿਵੇਂ ਭਗਵੰਤ ਮਾਨ ਸਰਕਾਰ ਦੀ ਯੋਜਨਾ ਹੈ ਸੋ ਇਸ ਕਰਕੇ ਜੇ ਪੰਜਾਬ 'ਚ ਜਾਂ ਦਿੱਲੀ 'ਚ ਰਾਸ਼ਟਰਪਤੀ ਸ਼ਾਸਨ ਲੱਗਿਆ ਤੇ ਮੁਫਤ ਬਿਜਲੀ ਦੀ ਯੋਜਨਾ ਤਾਂ ਬੰਦ ਹੋ ਜਾਣੀ ਹੈ ਸੋ ਇਸ ਕਰਕੇ ਉਂਝ ਦੇਸ਼ 'ਚ ਵੀ ਅਗਰ ਦੇਸ਼ 'ਚ ਵੀ ਕਦੀ ਰਾਸ਼ਟਰਪਤੀ ਸ਼ਾਸਨ ਲੱਗਦਾ ਹੈ ਤਾਂ ਦੇਸ਼ 'ਚ ਵੀ ਭਲਾਈ ਦੀਆਂ ਕਈ ਸਕੀਮਾਂ ਬੰਦ ਹੋ ਸਕਦੀਆਂ ਨੇ पर बहुतियां स्कीमा चलदियां ਰਹਦੀਆਂ ਰਹਿੰਦੀਆਂ ਨੇ ਜਿਹੜੀਆਂ ਸੰਵਿਧਾਨ ਨਾਲ ਜੁੜੀਆਂ ਨੇ ਸਾਡੇ ਕਨਸਟੀਟਿਊਸ਼ਨ ਨਾਲ ਜੁੜੀਆਂ। ਜੀ ਤੇ ਡਲਾਚ ਹੁਣ ਆਪਾਂ ਡੇਰੇ ਨਾਲ ਜੁੜੀਆਂ ਵੋਟਾਂ ਦੀ ਵੀ ਗੱਲ ਕਰ ਲਈਏ ਪਹਿਲਾਂ ਤਾਂ ਗੱਲ ਕਰੀਏ ਡੇਰਾ ਮੁਖੀ ਗੁਰਮੀਤ RAM ਰਹੀਮ ਦੇ ਮਾਮਲੇ ਤੇ ਜੋ ਹੈ ਹਾਈ ਕੋਰਟ ਨੇ ਵੱਡਾ ਫੈਸਲਾ ਕੀਤਾ ਉਹ ਵੀ ਜਾਣਕਾਰੀ ਪ੍ਰੋਗਰਾਮ ਦੇ ਵਿੱਚ ਜ਼ਰੂਰ ਸਾਂਝੀ ਕਰਿਓ। ਦੂਜੀ ਆਪਾਂ ਗੱਲ ਕਰੀਏ ਡੇਰੇ ਦੀਆਂ ਜਿਹੜੀਆਂ ਵੋਟਾਂ ਨੇ ਉਹ ਜਿਹੜੀਆਂ ਚੋਣਾਂ ਦੇ ਉੱਪਰ ਚੋਣਾਂ ਦੇ ਨਤੀਜਿਆਂ ਤੇ ਕਿਸ ਤਰ੍ਹਾਂ ਦਾ ਪ੍ਰਭਾਵ ਪਾ ਸਕਦੀਆਂ ਨੇ ਇਸ ਦਾ ਵੀ ਜ਼ਿਕਰ ਜ਼ਰੂਰ ਕਰਿਓ। ਲੇਖੋ ਰਣਜੀਤ ਸਿੰਘ ਨਾਮ ਦਾ ਇੱਕ ਵਿਅਕਤੀ ਸੀ ਜਿਹਦੇ ਕਤਲ ਦੇ ਇਲਜ਼ਾਮ ਡੇਰਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਤੇ ਲੱਗੇ ਸੀ ਪਰ 2021 ਚ ਪੰਚਕੋਲਾ ਦੀ ਸੀਬੀਆਈ ਕੋਰਟ ਨੇ ਉਹਨੂੰ ਉਮਰਕੈਦੀ ਸਜ਼ਾ ਸੁਣਾਈ ਸੀ ਨਾਲ ਚਾਰ ਹੋਰ ਵਿਅਕਤੀਆਂ ਨੂੰ ਉਮਰਕੈਦੀ ਸਜ਼ਾ ਸੁਣਾਈ ਸੀ ਉਹਨਾਂ ਨੇ ਇਸ ਸਜ਼ਾ ਨੂੰ ਚੈਲੰਜ ਕੀਤਾ ਸੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਚ ਕੱਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਫੈਸਲਾ ਦਿੱਤਾ ਔਰ ਸੀਬੀਆਈ ਕੋਰਟ ਦਾ ਜਿਹੜਾ ਫੈਸਲਾ ਸੀ 2021 ਦਾ ਉਮਰਕੈਦਾ ਇਹਨਾਂ ਪੰਜਾਂ ਲੋਕਾਂ ਨੂੰ ਉਹਨਾਂ 'ਚ ਇਹਨਾਂ ਨੂੰ ਬਰੀ ਕਰਤਾ ਸੋ ਗੁਰਮੀਤ ਰਾਮ ਰਹੀਮ ਰਣਜੀਤ ਸਿੰਘ ਦੇ ਮਰਡਰ ਦੇ ਮਾਮਲੇ 'ਚ ਬਰੀ ਹੋ ਗਏ ਪਰ ਉਹਨਾਂ ਤੇ ਦੋ ਵੱਖਰੇ ਮਾਮਲੇ ਚੱਲਦੇ ਨੇ ਇੱਕ ਤਾਂ ਰੇਪ ਦਾ ਉਹਦੇ 'ਚ ਉਹਨਾਂ ਦੀ ਸਜ਼ਾ ਚੱਲ ਰਹੀ ਹੈ ਔਰ ਇੱਕ ਪੱਤਰਕਾਰ ਛਤਰਪਤੀ ਦਾ ਮਾਮਲਾ ਹੈ ਉਹਦੇ 'ਚ ਉਹਨਾਂ ਦੀ ਸਜ਼ਾ ਚੱਲ ਰਹੀ ਹੈ ਸੋ ਗੁਰਮੀਤ ਸਿੰਘ ਰਾਮ ਰਹੀਮ ਹਜੇ ਜੇਲ੍ਹ 'ਚੋਂ ਬਾਹਰ ਤਾਂ ਨਹੀਂ ਆਉਣਗੇ ਪਰ ਇੱਕ ਮਾਮਲੇ ਦੇ ਵਿੱਚ ਉਹਨਾਂ ਦੀ ਸਜ਼ਾ ਜਿਹੜੀ ਹੈ ਉਹ ਉਹਨਾਂ ਨੂੰ ਬਰੀ ਕਰ ਦਿੱਤਾ ਸਜ਼ਾ ਰੱਦ ਕਰ ਦਿੱਤੀ ਗਈ ਹੈ ਹੁਣ ਜਿੱਥੋਂ ਤੱਕ ਰਿਆ ਡੇਰੇ ਡੇਰੇ ਦਾ ਪੋਲਿਟিক্যাল ਵਿੰਗ ਹੁੰਦਾ ਸੀ ਕੁਝ ਸਾਲ ਪਹਿਲਾਂ ਡੇਰੇ ਨੇ ਆਪਣਾ ਪੋਲਿਟিক্যাল ਵਿੰਗ ਖਤਮ ਕਰਤਾ ਸੀ ਡੇਰੇ ਦਾ ਪੋਲਿਟিক্যাল ਵਿੰਗ ਤੈਅ ਕਰਦਾ ਸੀ ਕਿ ਕਿਹੜੀ ਇੱਕ ਪਾਰਟੀ ਨੂੰ ਜਾਂ ਕਿਹੜੇ ਇੱਕ ਉਮੀਦਵਾਰ ਨੂੰ ਸਮਰਥਨ ਦੇਣਾ ਹੈ ਪਿਛਲੇ 2014 17 ਇਹਨਾਂ ਦੋ ਚੋਣਾਂ 'ਚ ਉਸ ਤੋਂ ਪਹਿਲਾਂ ਵੀ 14 ਤੋਂ ਪਹਿਲਾਂ ਵੀ ਲਗਾਤਾਰ ਪੋਲਿਟੀਕਲ ਪਾਰਟੀਆਂ ਦੇ ਲੀਡਰ ਡੇਰੇ 'ਚ ਆਇਆ ਜਾਇਆ ਕਰਦੇ ਸੀ ਸਮਰਥਨ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਸੀ ਔਰ ਕਈ ਵਾਰੀ ਕਹਿ ਵੀ ਦੰਦੇ ਸੀ ਕਿ ਸਾਨੂੰ ਸਮਰਥਨ ਹੈ ਸਾਨੂੰ ਸਮਰਥਨ ਹੈ ਸਾਡੇ ਵੱਡੇ ਵੱਡੇ ਲੀਡਰ ਡੇਰੇ 'ਚ ਜਾਂਦੇ ਰਹੇ ਨੇ ਤਸਵੀਰਾਂ ਬਾਹਰ ਆਈਆਂ ਨੇ ਔਰ ਜਦੋਂ ਗੁਰਮੀਤ ਰਾਮ ਰਹੀਮ ਜੇਲ੍ਹ ਚਲੇ ਗਏ ਉਸ ਤੋਂ ਬਾਅਦ ਡੇਰੇ ਨੇ ਪੋਲਿਟੀਕਲ ਵਿੰਗ ਭੰਗ ਕਰ ਦਿੱਤਾ ਕਿਸੇ ਤਰ੍ਹਾਂ ਦੇ ਹੁਣ ਸਨੇਹ ਨਹੀਂ ਲੱਗਦੇ ਡੇਰੇ 'ਚ ਪਰ ਜਿਹੜੇ ਡੇਰਾ ਪ੍ਰੇਮੀ ਨੇ ਜਿਹੜੇ ਡੇਰੇ ਨੂੰ ਮੰਨਣ ਵਾਲੇ ਲੋਕ ਨੇ ਉਹ ਲੋਕ ਕਾਫੀ ਵੱਡੀ ਗਿਣਤੀ ਚ ਨੇ ਹਰ ਲੋਕ ਸਭਾ ਹਲਕੇ ਚ ਨੇ ਪੰਜਾਬ ਦੇ ਮਾਲਵਾ ਚ ਤਾਂ ਘੱਟੋ ਘੱਟ ਹਰੇਕ ਚ ਨੇ ਭਵੇਂ ਸੰਗਰੂਰ ਐ ਲੁਧਿਆਣਾ ਐ ਬਠਿੰਡਾ ਐ ਫਰੀਦਕੋਟ ਐ ਫਿਰੋਜ਼ਪੁਰ ਐ ਸੰਗਰੂਰ ਐ ਇਹ ਸਾਰੀਆਂ ਲੋਕ ਸਭਾ ਸੀਟਾਂ ਤੇ ਇਹਨਾਂ ਦਾ ਵੱਡਾ ਪ੍ਰਭਾਵ ਐ ਹਾਲਾਂਕਿ ਉੰਜ ਤਾਂ ਪੂਰੇ ਪੰਜਾਬ ਚ ਹੀ ਐ ਜੀ ਕੀ ਇਸ ਵਾਰ ਇਹ ਆਜ਼ਾਦਾਨਾ ਤੌਰ ਤੇ ਵੋਟਾਂ ਪਾਉਣਗੇ ਇਹ ਆਪਸ ਚ ਸਲਾਮਸ਼ਵਰਾ ਕਰਕੇ ਵੋਟਾਂ ਪਾਉਣਗੇ ਇਹਦੇ ਤੇ ਬਹੁਤ ਵੱਡਾ ਸਵਾਲ ਬਣਿਆ ਹੋਇਆ ਪਰ ਹੁਣ ਪੋਲਿਟੀਕਲ ਵਿੰਗ ਕੋਈ ਨਹੀਂ ਹੈ ਪਰ ਡੇਰੇ ਦੀ ਵੋਟ ਨੂੰ ਵੀ ਕਿਉਂਕਿ ਪਿਛਲੇ ਸਮਿਆਂ ਦੇ ਵਿੱਚ ਡੇਰੇ ਦਾ ਇੱਕ ਵੋਟ ਬੈਂਕ ਦੇ ਤੌਰ ਤੇ ਗੱਲ ਹੋਣ ਲੱਗੀ ਸੀ ਕਿ ਡੇਰਾ ਇੱਕ ਬਹੁਤ ਵੱਡਾ ਵੋਟ ਬੈਂਕ ਹੈ ਬਿਲਕੁਲ ਉਹ ਜਿਵੇਂ ਅਸੀਂ ਦੂਸਰੇ ਡੇਰੇ ਵੀ ਦੇਖਦੇ ਹਾਂ ਜਲੰਧਰ ਦੇ ਵਿੱਚ ਵੀ ਦੇਖਦੇ ਹਾਂ ਤੇ ਸਾਰੇ ਲੀਡਰ ਜਾਣਦੇ ਨੇ ਹੁਣ ਡੇਰਾ ਬਿਆਸ ਅਸੀਂ ਦੇਖਦੇ ਹਾਂ ਆਏ ਦਿਨ ਕੋਈ ਨਾ ਕੋਈ ਲੀਡਰ ਜਾਂਦਾ ਤੇ ਡੇਰਾ ਬਿਆਸ ਦੇ ਮੁਖੀ ਦੇ ਨਾਲ ਆਪਣੀ ਫੋਟੋ ਪਾਉਂਦਾ ਡੇਰਾ ਵਿਆਸ ਵੱਲੋਂ ਵੀ ਖੁੱਲ ਕੇ ਕਿਸੇ ਨੂੰ ਨਹੀਂ ਕਿਹਾ ਜਾਂਦਾ ਕਿ ਤੁਸੀਂ ਇੱਕ ਪਾਰਟੀ ਨੂੰ ਵੋਟ ਪਾਓ ਉਹ ਕਹਿੰਦੇ ਜੀ ਨੂੰ ਠੀਕ ਲੱਗਦਾ ਵੋਟ ਪਾਓ ਇਸੇ ਤਰ੍ਹਾਂ ਹੁਣ ਗੁਰਮੀਤ ਰਾਮ ਰਹੀਮ ਦੇ ਡੇਰਾ ਸਿਰਸਾ ਦੇ ਵੋਟਰ ਕਿਸ ਪਾਸੇ ਵੋਟਾਂ ਪਾਉਂਦੇ ਨੇ ਉਹ ਭਾਵੇਂ ਆਪਣੀ ਮਰਜ਼ੀ ਨਾਲ ਵੋਟਾਂ ਪਾਉਣ ਪਰ ਕਿਉਂਕਿ ਇੱਕ ਵੋਟ ਬੈਂਕ ਡੇਰੇ ਦਾ ਬਣਿਆ ਹੋਇਆ ਸੋ ਇਸ ਕਰਕੇ ਇਹ ਗੱਲ ਅਹਿਮੀਅਤ ਵਾਲੀ ਹੋ ਜਾਂਦੀ ਹੈ ਕਿ ਡੇਰਾ ਪ੍ਰੇਮੀ ਕਿੱਧਰ ਵੋਟਾਂ ਪਾਉਣਗੇ ਸੋ ਇਹ ਵੀ ਇੱਕ ਵੋਟ ਬੈਂਕ ਦੇ ਤੌਰ ਤੇ ਅਸੀਂ ਇਹਨਾਂ ਦਾ ਜ਼ਿਕਰ ਕਰ ਰਹੇ ਹਾਂ ਇਹਨਾਂ ਦੀ ਵੋਟ ਦੀ ਵੀ ਅਹਿਮੀਅਤ ਹੈ ਜਿਵੇਂ ਬਾਕੀ ਲੋਕਾਂ ਦੀ ਵੋਟ ਦੀ ਬਹੁਤ ਵੱਡੀ ਅਹਿਮੀਅਤ ਹੈ ਜਿਵੇਂ ਕਾਡਰ ਹੈ ਦੂਜੀਆਂ ਪਾਰਟੀਆਂ ਦੇ ਉਹਨਾਂ ਦੀ ਵੀ ਅਹਿਮੀਅਤ ਹੈ ਅਕਾਲੀ ਦਲ ਹੈ ਅਕਾਲੀ ਦਲ ਕਾਡਰ ਬੇਸਡ ਪਾਰਟੀ ਹੈ ਅਕਾਲੀ ਦਲ ਨੂੰ ਲੱਗਦਾ ਹੈ ਕਿ ਸਾਡਾ ਕਾਡਰ ਬਹੁਤ ਵੱਡਾ ਹੈ ਹਾਲਾਂਕਿ ਕਾਡਰ 'ਚੋ ਵੀ ਕਈ ਲੋਕ ਡਿਫਰੈਂਟ ਆਇਡੋਲੋਜੀ ਤੇ ਵੋਟਾਂ ਪਾ ਜਾਂਦੇ ਨੇ ਕਿਉਂਕਿ ਵੋਟ ਪਾਉਣ ਦਾ ਹਰ ਕਿਸੇ ਦਾ ਨਿੱਜੀ ਹੱਕ ਹੈ ਇਸ ਕਰਕੇ ਕਿਸੇ ਤੇ ਕੋਈ ਫੈਸਲਾ ਤਾਂ ਨਹੀਂ ਦਿੱਤਾ ਜਾ ਸਕਦਾ ਵੀ ਤੁਸੀਂ ਇਸੇ ਪਾਰਟੀ ਨੂੰ ਵੋਟ ਪਾਓ ਪਹਿਲਾਂ ਵੀ ਜਦੋਂ ਜਦੋਂ ਡੇਰੇ 'ਚ ਹੁਕਮ ਆਉਂਦਾ ਸੀ ਕਿ ਤੁਸੀਂ ਕਿਸੇ ਇੱਕ ਪਾਰਟੀ ਨੂੰ ਵੋਟ ਪਾਓ ਜਾਂ ਇੱਕ ਕੈਂਡੀਡੇਟ ਨੂੰ ਵੋਟ ਪਾਓ ਉਦੋਂ ਵੀ ਬਹੁਤ ਸਾਰੇ ਲੋਕ ਆਪਣੀ ਮਰਜ਼ੀ ਨਾਲ ਵੋਟ ਪਾਉਂਦੇ ਸੀ ਇਹ ਕੋਈ ਅਸੀਂ ਕੋਈ ਦਾਵਾ ਨਹੀਂ ਕਰ ਸਕਦੇ ਕਿ ਜਦੋਂ ਹੁਕਮ ਵੀ ਆਉਂਦੇ ਸੀ ਤੇ ਉਦੋਂ ਇੱਕੋ ਪਾਸੇ ਵੋਟਾਂ ਪੈਂਦੀਆਂ ਸੀ ਸੋ ਵੋਟ ਪਾਉਣਾ ਸਾਰਿਆਂ ਦੀ ਇੱਕ ਨਿੱਜੀ ਰਾਏ ਹੈ ਪਰ ਜ਼ਿਕਰ ਡੇਰਾ ਪ੍ਰੇਮੀਆਂ ਦੀਆਂ ਵੋਟ ਬੈਂਕਾਂ ਦਾ ਹਮੇਸ਼ਾ ਹੁੰਦਾ ਔਰ ਪੋਲੀਟੀਕਲ ਲੋਕ ਡਰਦੇ ਵੀ ਨੇ ਕਿ ਡੇਰਾ ਪ੍ਰੇਮੀ ਕਿੱਧਰ ਵੋਟਾਂ ਪਾਉਣਗੇ ਇਸ ਕਰਕੇ ਡੇਰਾ ਪ੍ਰੇਮੀਆਂ ਦੀਆਂ ਵੋਟਾਂ ਹਾਸਲ ਕਰਨ ਦੇ ਲਈ ਵੀ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਜਿਹੜੇ ਲੀਡਰ ਨੇ ਉਹ ਆਪਣੇ ਆਪਣੇ ਤਰੀਕੇ ਨਾਲ ਯਤਨਸ਼ੀਲ ਰਹਿੰਦੇ ਨੇ ਔਰ ਜਿਹੜੀ ਡੇਰਾ ਪ੍ਰੇਮੀ ਨੇ ਉਹ ਵੀ ਭਾਵੇਂ ਸਿੱਧੀ ਸਿਆਸਤ 'ਚ ਨਹੀਂ ਪਰ ਉਹ ਸਮਾਜ ਸੇਵਾ ਦੇ ਵਿੱਚ ਲਗਾਤਾਰ ਸਰਗਰਮ ਰਹਿੰਦੇ ਬਿਲਕੁਲ ਬਿਲਕੁਲ ਸਹੀ ਗੱਲ ਹੈ ਸੋ ਡਲਾ ਜੀ ਕੁਝ ਹੀ ਦਿਨਾਂ ਦਾ ਇੰਤਜ਼ਾਰ ਹੈ ਦੋ ਤਿੰਨ ਦਿਨ ਔਰ ਉਸ ਤੋਂ ਬਾਅਦ ਜੋ ਹੈ ਵੋਟਾਂ ਨੇ ਔਰ ਫਿਰ ਚੋਣ ਨਤੀਜੇ ਆ ਜਾਣੇ ਆ ਤੇ ਪਾਰਟੀਆਂ ਸਾਰੀਆਂ ਆਪਣਾ ਪੂਰਾ ਜ਼ੋਰ ਲਗਾ ਰਹੀਆਂ ਨੇ ਉਮੀਦਵਾਰ ਜੋ ਹੈ ਦਿਨ ਰਾਤ ਇਕ ਕਰ ਰਹੇ ਨੇ ਵੋਟਰਾਂ ਦੇ ਸਿਰ ਤੇ ਵੀ ਜ਼ਰੂਰ ਥੋੜਾ ਪ੍ਰੈਸ਼ਰ ਜ਼ਰੂਰ ਹੋਏਗਾ ਕਿ ਕਿਸੇ ਚੰਗੀ ਉਮੀਦਵਾਰ ਨੂੰ ਵੋਟ ਪਾਈਏ ਤਾਂ ਕਿ ਜੋ ਉਹਨਾਂ ਦੇ ਜੋ ਪੰਜਾਬ ਦਾ ਵਿਕਾਸ ਕਰਨ ਦੇ ਵਿੱਚ ਜੋ ਹੈ ਯੋਗਦਾਨ ਪਾ ਸਕਣ ਸੋ ਅਸੀਂ ਵੀ ਉਮੀਦ ਇਹ ਕਰਦੇ ਆ ਕਿ ਜਿਹੜੇ ਵੋਟਰ ਨੇ ਉਹ ਆਪਣੀ ਸੂਝਬੂਝ ਦੇ ਨਾਲ ਇੱਕ ਚੰਗੇ ਉਮੀਦਵਾਰ ਨੂੰ ਵੋਟ ਪਾ ਕੇ ਜਿਤਾਣ ਜਿਸ ਦੇ ਨਾਲ ਸਮਾਜ ਦੀ ਉਹਨਾਂ ਦੇ ਆਲੇ ਦੁਆਲੇ ਦੀ ਸਾਰਿਆਂ ਦੀ ਭਲਾਈ ਹੋ ਸਕੇ ਵਿਕਾਸ ਹੋ ਸਕੇ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਡਲਾ ਜੀ ਇਹ ਪੂਰਾ ਐਨਲਿਸਿਸ ਤੁਹਾਡਾ ਦ੍ਰਿਸ਼ਟੀਕੋਣ ਇਹਨਾਂ ਚੋਣਾਂ ਨੂੰ ਲੈ ਕੇ ਔਰ ਜੋ ਸਮੀਕਰਨ ਬਣ ਰਹੇ ਨੇ ਉਹਨਾਂ ਨੂੰ ਲੈ ਕੇ ਤੁਸੀਂ ਸਾਂਝਾ ਕੀਤਾ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆ ਜੋ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਵਿਚਾਰ ਤੇ ਸੁਝਾਅ ਸਾਡੇ ਨਾਲ ਕਮੈਂਟਸ ਦੇ ਜ਼ਰੀਏ ਸਾਂਝੇ ਵੀ ਕਰਦੇ ਨੇ ਇਸੇ ਦੇ ਨਾਲ ਮੈਨੂੰ ਯਾਨੀ ਕਿ ਜੋਤ ਕਰਨਵਿਤੇ ਜੀ ਇਜਾਜ਼ਤ ਧੰਨਵਾਦ ਬਹੁਤ ਧੰਨਵਾਦ ਹਰਜੋਤ ਜੀ ਬਹੁਤ ਅਹਿਮियत ਵਾਲੇ ਤੁਸੀਂ ਸਵਾਲ ਪੁੱਛੇ ਔਰ ਅਖੀਰ ਚ ਕੋਈ ਵੀ ਤੇਰ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਜ਼ਰੂਰ ਉਹ ਆਪਣਾ ਵਿਚਾਰ ਮੇਰੇ ਨਾਲ ਸਾਂਝਾ ਕਰ ਸਕਦੇ ਨੇ ਕਿਉਂਕਿ ਜਿਹੜੀ ਜਿਹੜੀ 13 ਸੀਟਾਂ ਦੀ ਵੀ ਤਸਵੀਰ ਹੈ ਉਹ ਮੈਂ ਨਿਸ਼ਚਿਤ ਤੌਰ ਦੇ ਉੱਤੇ ਉਹ ਅਨੁਮਾਨਾਂ ਤੇ ਆਧਾਰਿਤ ਹੈ ਜੋ ਮੇਰੇ ਬਤੌਰ ਪੱਤਰਕਾਰ ਅਨੁਮਾਨ ਨੇ ਸੋ ਜ਼ਰੂਰੀ ਨਹੀਂ ਕਿ ਸਾਰੇ ਉਹਦੇ ਨਾਲ ਸਹਿਮਤ ਹੋਣ ਸੋ ਡੈਮੋਕ੍ਰੇਸੀ ਹੈ ਲੋਕਤੰਤਰ ਸਾਰਿਆਂ ਨੂੰ ਵਿਚਾਰਾਂ ਦੀ ਆਜ਼ਾਦੀ ਹੈ ਤੁਹਾਡੇ ਵਿਚਾਰਾਂ ਦਾ ਵੀ ਮੇਰੇ ਵੱਲੋਂ ਪੂਰਾ ਸਤਿਕਾਰ ਹੈ ਕੋਈ ਵੀ ਤੇਰਾ ਆਪਣਾ ਵਿਚਾਰ ਸਾਂਝਾ ਕਰਦੀ ਹੈ ਤੇ ਮੈਂ ਜ਼ਰੂਰ ਉਸ ਵਿਚਾਰ ਨੂੰ ਅੱਗੇ ਬਤਾਉਂਗਾ ਬਹੁਤ ਧੰਨਵਾਦ